असी बलाताखीस प्रोग्राम शुरू करेंगे तलावत मैं ही कर देना बिशिल रख वही इन्ना तवाई कल कह सर फसल रब हर इन्न शाह नहो वल तो आरफाना कलाम वास्ते गुजारिश करा बल्कि मैं स्टेज बिना बुला ही लवा पेल जी मैं अज् दकर सदस्य जनाबे अलियास घूमण साहब नुजारिश करा कि वह स्टेज तीफ्रे हो ਸਾਹਿਬੇ ਕਿਤਾਬ ਜਨਾਬ ਕਾਲਰਵੀਰ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਵੀ ਸਟੇਟ ਟਿਸ਼ੂ ਲੈਣ ਇੱਕ ਹੋਰ ਬਜ਼ੁਰਗ ਜਿਹਦੇ ਸਿਰ ਤੇ ਵਾਲ ਘਟਨੇ ਮੇਰੀ ਬਰਾਤ ਮੁਸਤਾਕ ਕਮਰ ਸਾਹਿਬ ਤੋਂ ਮੈਂ ਚਾਹਾਂਗਾ ਉਹ ਵੀ ਸਟੇਟ ਟਿਸ਼ੂ ਲੈਣ ਆਪਣਾ ਬਰਾਦਰ ਅਜ਼ੀਜ਼ ਨਦੀਮ ਆ ਆ ਬੁਲਾਣ ਲੱਗਾ ਉਸ ਵਜ੍ਹਾ ਫਿਰ ਦੀ ਨਿਮੰਦਗੀ ਸਾਡੀ ਬੜੀ ਬੜੀ ਖੁਸ਼ਕੁਵਾਰ ਗੱਲ ਹੈ ਕਿ ਅੱਜ ਸਾਡੇ ਕੋਲ ਕੈਸੀ خاتون ਮੌਜੂਦ ਹੈ ਜਿਨੇ ਪੰਜਾਬੀ ਤਾਰੀਖ ਦੇ ਹਵਾਇਲ ਵਿੱਚ ਆਪਣਾ ਕਿਰਦਾਰ ਅਦਾ ਕੀਤਾ ਔਰ ਪੰਜਾਬੀ ਸ਼ਾਇਰੀ ਦੇ ਨਾਲ ਨਾਲ ਪੰਜਾਬੀ ਤਾਰੀਖ ਦਾ ਹਿੱਸਾ ਬਣੀ ਹੈ ਮੈਂ ਸਮਝੀਨਾ ਕਿ ਐਸੇ ਦੋਸਤਾਂ ਨੂੰ ਐਸੀ ਖਵਤਿਨ ਜਿਹੜੀਆਂ ਕਿ ਮਰਦਾਂ ਵਾਂਗੂ ਕੰਮ ਕਰਦੀਆਂ ਨੇ ਉਹਨਾਂ ਨੂੰ ਨਾਸਿਰਸਲਾਨਾ ਕਿਨੇ ਚਾਹੀਦੀ ਬਲਕਿ ਖਰਾਜੇ ਤਸਵੀਰ ਪੇਸ਼ ਕਰਨਾ ਚਾਹੀਦਾ ਸਾਡੀ ਖੁਸ਼ਕਿਸਮਤੀ ਹੈ ਬਦਕਿਸਮਤੀ ਕਿ ਇਹ ਤਿਆਰੇ ਗੈਰ ਜਾਇਵਸੀਆਂ ਤੇ ਉੱਥੋਂ ਦੀ ਹੋ ਕੇ ਰਹਿ ਗਈਆਂ ਬਾਹਰ ਜਿੱਥੇ ਵੀ ਹੈਂ ਪੰਜਾਬੀ ਆਸਤੇ ਸਰਗਰਮ ਅਮਲ ਨੇ ਔਰ ਅਸੀਂ ਜੇ ਲੰਡਨ ਜਾਈਏ ਤੇ ਸਾਨੂੰ ਇਹ ਪਤਾ ਹੁੰਦਾ ਹੈ ਕਿ ਉੱਥੇ ਇੱਕ ਪੰਜਾਬੀ ਦੀ ਖਾਤੂਨ ਮੌਜੂਦ ਹੈ ਜਿਹੜਾ ਸਾਡਾ ਰੋਟੀ ਟੁੱਕਰ ਦਾ ਬੰਦੋਬਸ ਕਰ ਸਕਦੀ ਹੈ ਤਾਂ ਸੋ ਇੰਤਹਾਈ ਪਿਆਰ ਤੇ ਮੁਹੱਬਤ ਨਾਲ ਗੁਜ਼ਾਰਿਸ਼ ਕਰਾਂਗਾ ਅਮਰੀਨ ਜ਼ਫਰ ਨੂੰ ਕੋਈ ਵੀ ਸਾਡੇ ਨਾਲ ਸਟੇਜ ਤੇ تشریف ਫਰਮਾਓ ਮੈਂ ਬਲਾ ਤਾਖੀਰ ਗੁਜ਼ਾਰਿਸ਼ ਕਰਾਂਗਾ ਨਦੀਮ ਬਾਹੁ ਸਾਹਿਬ ਨੂੰ ਤਸ਼ਰੀਫ ਲੈਣ ਤੇ ਆਪਣੇ ਆਰਫਾਨਾ ਕਲਾਮ ਤੋਂ ਸਾਨੂੰ ਨਵਾਜ਼ਨ ਨਦੀਮ ਬਾਹੁ ਬismillahirrahmanirrahim ਹੂੰ ਨਿਮੇ ਰ ਚੁਮਾ ਹੋਵੇ ਤੇ ਮੈਂ ਮੈਨੂੰ ਸਬਰ ਨਾ ਹੋ ਰਿਕੇ ਦੇਵਾਲੂ ਬੱਜਾ ਰਵਾਇਤ ਹੈ ਕਿ ਪੰਜਾਬ ਹਾਊਸ ਦੇ ਪ੍ਰੈਜ਼ੀਡੈਂਟ ਹੀ ਗਲਤ ਆਗਾਸ ਕਰਦੇ ਨੇ ਤੇ ਮੈਂ ਉਸ ਰਵਾਇਤ ਨੂੰ ਕਾਇਮ ਰੱਖਦੇ ਹਾਂ ਗੁਜ਼ਾਰਿਸ਼ ਕਰਾਂਗਾ ਜਨਾਬੇ ਨਦੀਮ ਰਜ਼ਾਰਾ ਨੂੰ ਉਹ ਤਸ਼ਰੀਫ ਲੈਣ ਤੇ ਕਿਤਾਬ ਤੇ ਸਾਹਿਬੇ ਕਿਤਾਬ ਬਾਰੇ ਗੱਲ ਕਰੇ ਨਦੀਮ ਰਜ਼ਾ ਬismillahirrahmanirrahim ਪੰਜਾਬ ਹਾਊਸ ਵੱਲੋਂ ਸਭ ਦੋਸਤਾਂ ਨੂੰ ਜੀ ਆਇਆਂ ਨੂੰ ਖਾਸ ਤੌਰ ਤੇ ਇਫਤਖਾਰ ਸਾਹਿਬ ਨੂੰ ਇਫਤਖਾਰ ਵੜਾਈ ਚ ਕਲਰ ਵੀ ਜੀ ਨੂੰ ਜੀਆਂ ਨੂੰ ਖੁਸ਼ ਆਮਦੀਦ ਕਿ ਇਹਨਾਂ ਦੀ ਕਿਤਾਬ ਦਾ ਮੁੱਖ ਵਿਖਾਲੀ ਇਕੱਠ ਜਿਹੜਾ ਹੈ ਉਹਦਾ ਪ੍ਰਬੰਧ ਪੰਜਾਬ ਹਾਊਸ ਚ ਹੋ ਰਿਹਾ ਹੈ ਪੰਜਾਬ ਹਾਊਸ ਲਈ ਬੜੀ ਇਜ਼ਾਜ਼ਤ ਦੀ ਗੱਲ ਹੈ আচ্ছা ਇਹ ਖਾਸ ਤੌਰ ਤੇ ਇੱਕ ਰਵਾਇਤੀ ਜਮਲਾ ਤਾਂ ਹੈ ਹੀ ਕਿ ਹਰ ਕਿਤਾਬ ਦਾ ਅਗਰ ਤੁਸੀਂ ਮੁਖ ਵਿਖਾਲੀ ਇਕੱਠ ਕਰਦੇ ਹੋ ਤੇ ਉਹ ਕਿਸੇ ਵੀ ਸਟੇਜ ਵਾਸਤੇ ਕਿਸੇ ਵੀ ادارے ਵਾਸਤੇ ਯਕੀਨਨ ਕਿਤਾਬ ਬੜੀ ਮਹਾਨ ਚੀਜ਼ ਹੈ ਮੁਆਸ਼ਰੇ ਦੇ ਸੁਧਾਰ ਆਪਣੀ ਪਛਾਣ ਵਾਸਤੇ ਬੜਾ ਗੂੜਾ ਕਿਰਦਾਰ ਅਦਾ ਕਰਦੀ ਹੈ ਲੇਕਿਨ ਇਫਤਖਾਰ ਸਾਹਿਬ ਦੀ ਕਿਤਾਬ ਜ਼ਰਾ ਥੋੜੀ ਵੱਖਰੀ ਹੈ ਇਸ ਕਰਕੇ ਵੱਖਰੀ ਹੈ ਕਿ ਅਸੀਂ ਕਮੋਬੇਸ਼ ਪਿਛਲੇ ਦਿਨਾਂ ਦੇ ਵਿੱਚ ਰਿਜ਼ਵਾਨ ਸਾਹਿਬ ਤੇ ਬਿਲਾਲ ਸਾਹਿਬ ਨਾਲੇ ਹਿਸਾਬ ਚੱਲ ਰਿਹਾ ਸੀ ਕਿ ਸਾਡੀਆਂ ਤਕਰੀਬਾਤ ਕਿੰਨੀਆਂ ਹੋ ਚੁੱਕੀਆਂ ਨੇ ਕਮੋਂਬੇਸ਼ 200 ਪਲੱਸ ਤਕਰੀਬਤ ਦੋ ਸਾਲ ਦੇ ਦੌਰਾਨ ਲੇਕਿਨ ਜਿਹੜਾ ਗੁਜਰਾਤ ਤੇ ਗੁਜ਼ਸ਼ਤਾ ਹੈ ਤਾਰੀਖ ਦੇ ਉਨਵਾਨ ਤੇ ਪਹਿਲੀ ਕਿਤਾਬ ਹੈ ਜਿਹਦੀ ਤਕਰੀਬ ਇੱਥੇ ਹੋ ਰਹੀ ਹੈ ਕਿ ਇਹ ਸਾਡੇ ਲਈ ਮਾਨ ਦੀ ਗੱਲ ਹੈ ਕਿ ਇੱਕ ਅਜਿਹੀ ਕਿਤਾਬ ਜਿਹਦੀ ਸਾਨੂੰ ਲੋੜ ਵੀ ਸੀ ਜਿਹੜੀ ਜਿੰਨੂੰ ਯਕੀਨੀ ਤੌਰ ਤੇ ਮ hạnੂਦ ਨਹੀਂ ਰਹਿਣਾ ਚਾਹੀਦਾ ਇਸ ਸਿਲਸਲੇ ਨੂੰ ਗੁਜਰਾਤ ਤੱਕ ਇਤਸਾਲਸ ਲਗਾ ਵਧਣਾ ਚਾਹੀਦਾ ਕਿਉਂਕਿ ਸਾਡੇ ਪੰਜਾਬ ਦਾ ਲਿਖਾਰੀ ਜਿਹੜਾ ਹੈ ਉਹ ਜਦੋਂ ਸ਼ੌਅਰ ਤੇ ਕਰਤਾਸਤ ਦਾ ਉਹ ਰਿਸ਼ਤਾ ਜੁੜਦਾ ਹੈ ਲਿਖਣ ਦਾ ਉਹ ਸਫ਼ਰ ਸ਼ੁਰੂ ਕਰਦਾ ਹੈ ਤੇ ਉਹਦੀ ਪਹਿਲੀ ਕੋਸ਼ਿਸ਼ ਜਾਂ ਪਹਿਲੀ ਮੰਜ਼ਿਲ ਜਿਹੜੀ ਉਹਦੀ ਆਮੂਮਨ ਸ਼ਾਇਰੀ ਹੁੰਦੀ ਹੈ ਸ਼ਾਇਰੀ ਦਾ ਰੋਮਾਂਸ ਅਗਰ ਖਤਮ ਹੋਵੇ ਜਾਂ ਸ਼ਾਇਰੀ ਦਾ ਰੋਮਾਂਸ ਤਕਮੀਲ ਨਾ ਪਾਵੇ ਤੇ ਫਿਰ ਨਸਰ ਹੁੰਦੀ ਹੈ ਤਾਰੀਖ ਵਲੇ ਕੱਟ ਲੋਕ ਜਾਂਦੇ ਆ ਇਹ ਇੱਕ ਹੈ ਪਿੰਡ ਬਹੁਤ ਮੁਸ਼ਕਿਲ ਹੈ ਪੰਜਾਬ ਦੇ ਵਿੱਚ ਸਭ ਤੋਂ ਘੱਟ ਕਾਮੀ ਤਰੀਕ ਤੇ ਹੋਇਆ ਹੈ ਇਹ ਵਜ੍ਹਾ ਕਿ ਅਸੀਂ ਆਪਣੇ ਆਪ ਤੋਂ ਗਵਾਚੇ ਹੋਏ ਲੋਕਾਂ ਅਸੀਂ ਆਪਣੇ ਪਛੋਕੜ ਤੋਂ ਗਵਾਚੇ ਹੋਏ ਲੋਕਾਂ ਅਸੀਂ ਜਾਣਦੇ ਹੀ ਨਹੀਂ ਕਿ ਅਸੀਂ ਕੌਣ ਸੀ ਕਿੱਥੋਂ ਆਏ ਸੀ ਕਿੱਥੇ ਹੋਏ ਕਿੱਥੇ ਟੁਰੇ ਕਿੱਥੇ ਮੁੱਕ ਗਏ ਸਾਨੂੰ ਪਤਾ ਹੀ ਨਹੀਂ ਸਾਨੂੰ ਆਪਣੇ ਸ਼ਹਿਰਾਂ ਦੇ ਬਾਰੇ ਨਹੀਂ ਪਤਾ ਸਾਨੂੰ ਇਹ ਨਹੀਂ ਪਤਾ ਕਿ ਇਨਾਂ ਇਹ ਜਿਹੜੇ ਮਿੱਟੀ ਦੇ ਟੀਲੇ ਨੇ ਇਨਾਂ 'ਚ ਕਿਹੜੇ ਕਿਹੜੇ ਲਾਲ ਗਵਾਚ ਗਏ ਕੀ ਕੀ ਰੁੱਲ ਗਿਆ ਸਾਡੀ ਸਕਾਫਤ ਕੀ ਸੀ ਅਸੀਂ ਬੜੇ ਵਾਬ ਰੂਲੇ ਸਣ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਆਪ ਗਵਾਇਆ ਮਸਬਾਂ ਦੇ ਨਜ਼ਰੀਆਤ ਦੇ ਜ਼ਾਤ ਬਰਾਦਰੀ ਦੇ ਇਹ ਸਾਰੇ ਵਾਬ ਰੂਲੇ ਸਾਨੂੰ ਆਪਣੇ ਆਪ ਤੋਂ ਨਖੇੜਦੇ ਰਹਿ ਤੇ ਜੇਕਰ ਆਪਣੇ ਆਪ ਨੂੰ ਲੱਭਣ ਦਾ ਸਫਰ ਸ਼ੁਰੂ ਹੋਇਆ ਤੋ ਬਹੁਤ ਥੋੜਾ ਹੋਇਆ ਕਲਰਵੀ ਸਾਹਿਬ ਨੇ ਇਹ ਜਿਹੜਾ ਮੈਂ ਮੈਂ ਜ਼ਾਤੀ ਤੌਰ ਤੇ ਮੈਂ ਕਿਤਾਬ ਕੋ 70 ਤੋਂ 75% ਤੱਕ ਪੜ੍ਹੀ ਅੱਧੀ ਤੇ ਪਹਿਲੇ ਪੜ੍ਹੀ ਸੀ 25% ਅੱਜ ਕੁਮਨ ਸਾਹਿਬ ਤੋਂ ਇਜਾਜ਼ਤ ਲੈ ਕੇ ਤੇ ਫਿਰ ਮੈਂ ਬੈਠ ਕੇ ਪੜ੍ਹਦਾ ਰਿਹਾ ਇਹਨਾਂ ਨੇ ਜਿਹੜਾ ਇਹ ਸਫ਼ਰ ਸ਼ੁਰੂ ਕੀਤਾ ਹੈ ਜਾਂ ਇਹਨਾਂ ਨੇ ਜਿਹੜਾ ਕੰਮ ਕੀਤਾ ਹੈ ਉਹ ਸਾਡੀ ਇੱਕ ਪੂਰੀ نسل ਦਾ ਕਰਜ਼ਾ ਅਦਾ ਕੀਤਾ अच्छा एक कर्ज ਜਿਹੜਾ ਹੈ ਇਹ ਕਰਜ਼ ਮੁਦਸਰ ਇਕਬਾਲ ਬਟਸਾਬ ਨੇ ਵੀ ਅਦਾ ਨਹੀਂ ਸੀ ਕੀਤਾ ਇਹ ਬਹੁਤ ਵੱਡੇ ਵੱਡੇ ਲੋਕਾਂ ਨੇ ਇਹ ਕਰਜ਼ ਅਦਾ ਨਹੀਂ ਸੀ ਕੀਤਾ ਇਹਨਾਂ ਨੇ ਫਰਜ਼ ਕਫਾਇਆ ਅਦਾ ਕਰ ਦਿੱਤਾ ਯਾਨੀ ਅਗਰ ਕੋਈ ਇੱਕ ਸ਼ਖਸ ਵੀ ਕਰ ਦੇਵੇ ਤੇ ਉਹ ਸਾਰਿਆਂ ਵੱਲੋਂ ਹਿੱਸਾ ਅਦਾ ਹੋ ਜਾਂਦਾ ਹੈ ਤੇ ਮੈਂ ਦੂਸਰੀ ਚੀਜ਼ ਹੈ ਕਿ ਇਨਾਂ ਨੂੰ ਮੈਂ ਪਹਿਲੀ ਦਫਾ ਕਲਰਵੀ ਸਾਹਿਬ ਨੂੰ ਸੁਣਿਆ ਤੇ ਮੈਂ WhatsApp ਨੂੰ ਆਖਿਆ ਜ਼ਬਾਨੀ ਯਾਦ ਕਰਕੇ ਆਏ ਨੇ ਅੱਛਾ ਉਹਦੀ ਵਜ੍ਹਾ ਐ ਸੀ ਕਿ ਲਿਖਣਾ ਲਿਖਣ ਲੋਕ ਬਹੁਤ ਖੂਬਸੂਰਤ ਲਿਖਦੇ ਨੇ ਬਹੁਤ ਖੂਬਸੂਰਤ ਕੋਮਨ ਸਾਹਿਬ ਕਮਾਲ ਲਿਖਦੇ ਨੇ ਲੇਕਿਨ ਇਤਨੀ ਰਵਾਨੀ ਨਾਲ ਬੋਲਣਾ ਜਿਹੜਾ ਉਹ ਕੋਈ ਬੜਾ ਕੋਈ ਖਾਸ ਬੰਦਾ ਹੁੰਦਾ ਜਿਹੜਾ ਇਤਨੀ ਰਵਾਨੀ ਨਾਲ ਬੋਲਦਾ ਔਰ ਉਹਦੇ ਜੁਮਲੇ ਜਿਹੜੇ ਨੇ ਉਹਨਾਂ ਦੀ ਤਰਤੀਬ ਉਂਝੀ ਰਹਿੰਦੀ ਹੈ ਜਿਵੇਂ ਲਿਖੇ ਹੁੰਦੇ ਨੇ ਦੂਸਰੀ ਵਾਰੀ ਸੁਣਿਆ ਮੈਂ ਕਿ ਯਾਰੇ ਡਲ ਮੈਂ ਯਾਦ ਨਹੀਂ ਕੀਤਾ ਜਾ ਸਕਦਾ ਤੀਸਰੀ ਵਾਰੀ ਸੁਣਿਆ ਤੇ ਫਿਰ ਮੈਂ WhatsApp ਨੂੰ ਗੁਜ਼ਾਰਿਸ਼ ਕੀਤੀ ਪਿਛਲੇ ਦਿਨਾਂ ਦੀ ਗੱਲ ਥੋੜਾ ਹਰਸਾ ਪਹਿਲੀ ਮੈਂ ਕਿਹਾ ਇਫਤਖਾਰ ਸਾਹਿਬ ਬਹੁਤ ਹੀ ਖੂਬਸੂਰਤ ਮੁਕਰਰ ਹੈ ਅੱਛਾ ਉਹਨਾਂ ਦੇ ਤੁਸੀਂ ਇੱਕ ਅਲੱਗ ਖੂਬੀ ਹੈ ਇਹ بڑے ਘੱਟ ਲੋਕਾਂ ਨੂੰ ਮੁਜੱਸਰ ਹੋਈ ਹੈ ਸਾਡੇ ਪੰਜਾਬ ਦੇ ਵਿੱਚ ਬੜੇ ਬੜੇ ਲੋਕ ਐਸੇ ਹੋਏ ਕਿ ਜਿਹੜੇ ਜਿਨ੍ਹਾਂ ਨੂੰ ਅਸੀਂ ਪੜਿਆ ਤੇ ਜਦੋਂ ਸੁਣਿਆ ਤੇ ਬੜਾ ਅਫਸੋਸ ਹੋਇਆ ਕਿ ਨਾ ਹੀ ਸੁਣਦੇ ਤੇ ਅੱਛਾ ਸੀ ਉਹ ਅੱਛਾ ਬੋਲਦੇ ਨਹੀਂ ਸਨ ਇੱਕ ਬਹੁਤ ਜਦੀਦ ਨਜ਼ਮ ਦੇ ਬੜੇ ਅੱਛੇ ਤੇ ਬਹੁਤ ਵੱਡੇ ਸਾਫੀ ਸਨ ਅਬਾਸ ਅਤਰ ਸਾਹਿਬ ਉਹ ਉਹਨਾਂ ਨੂੰ ਬਹੁਤ ਵੱਡੀ ਸ਼ਖਸੀਅਤ ਸਨ ਉਹ ਜਦੋਂ ਬੋਲਦੇ ਸਨ ਤੇ ਉਹ ਉਹ ਜਿਹਾ ਨਹੀਂ ਸੀ ਬੋਲਦੇ ਜਿੱਡਾ ਖੂਬਸੂਰਤ ਲਿਖਦੇ ਸਨ ਹੋਰ ਵੀ ਬਹੁਤ ਸਰੀਆਂ ਹਸਤੀਆਂ ਸਨ ਲੇਕਿਨ ਇਹ ਜਿੰਨਾ ਅੱਛਾ ਲਿਖਦੇ ਨੇ उन्ना ही सोना बोलते हैं तो फैसला नहीं कर सकते कि ये इन्हों की तहरीर है या तकरीर बुलंद है वो शख्सियत ने जो तर किताब की गल है तो वो तनकीदी नज़र तो उस्ताद ने साइ घोमन साहब ने फारूक नदीम साहब ने अजय लोग ही कर लेकिन मैं कुछ एक, एक एक शिकायत भी है कि मैं जिस वक्त गुजरात गुजश्ता पहला एडिशन पढ़िया तो मैं बड़ी हैरानी हुई ਉਦੇ ਚ ਇੱਕ ਨਾਮ ਸੀ ਰنجਿਤ ਰਜਿੰਦਰ ਕ੍ਰਿਸ਼ਨ ਠੀਕ ਹੈ ਜੀ ਅੱਜ ਤੋਂ ਬਹੁਤ ਬੜੇ ਪਹਿਲਾਂ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਉਦੋਂ ਡਿਸ਼ ਐਂਟੀਨਾ ਨਵਾਂ ਨਵਾਂ ਆਇਆ ਤੇ ਉਹ ਵੀ ਨਯਰ ਦਾ ਇੰਟਰਵਿਊ ਸੀ ਬਹੁਤ ਅੱਛਾ ਮੌਸਿਕਾਰ ਸੀ ਉਹਨਾਂ ਤੋਂ ਸੋਨੂ ਨਿਗਮ ਉਹ ਇੰਟਰਵਿਊ ਕਰ ਰਿਹਾ ਸੀ ਉਹਦਾ ਬੱਚਾ ਸੀ ਉਹਨੇ ਸਵਾਲ ਕੀਤਾ ਕਿ ਤੁਸੀਂ ਅਗਰ ਨਗਮਾ ਨਹੀਂ ਗਾਰਾਂ ਦੀ ਫੈਰਿਸਤ ਬਣਾਓ ਤੇ ਉਹਦੇ ਚ ਨਗਮਾ ਨਹੀਂ ਗਾਰਾਂ ਚ ਤੁਸੀਂ 1 2 3 ਦੀ ਫੈਰਿਸਤ ਕਿਵੇਂ ਬਣਾਓਗੇ ਉਨਾ ਰਜਿੰਦਰ ਕ੍ਰਿਸ਼ਨ ਦਾ ਨਾਮ ਸਭ ਤੋਂ ਪਹਿਲੇ ਲੈ ਆ ਤੇ ਉਹ ਪਹਿਲੇ ਐਡੀਸ਼ਨ ਚ ਮੌਜੂਦ ਹੈ ਨੇ ਦੂਸਰੇ ਚ ਤੁਸੀਂ ਕੱਢ ਦਿੱਤਾ ਉਹ ਵੱਡੀ ਸ਼ਖਸੀਅਤ ਸੀ ਨਗਮਾ ਨਿਗਾਰੀ ਚ ਉਸ ਤੋਂ ਵੱਡਾ ਨਾਮ ਸਾਡੇ ਬਰੇ ਸਗੀਰ ਚ ਅਸਲ ਚ ਮوسیਕਾਰ ਆਪਣੇ ਨਜ਼ਰੀਏ ਨਾਲ ਦੇਖਦਾ ਹੈ ਤੇ ਜਿਹੜੀ ਜਿਹਦੇ ਵਿੱਚ ਸ਼ਾਇਰੀ ਦੀ ਸ਼ਰੀਨੀ ਵੀ ਹੋਵੇ ਔਰ ਮوسیਕੀ ਦਾ ਸੁਰ ਜਿਹੜਾ ਪੂਰਾ ਟੋਲਿਆ ਵੀ ਜਾਵੇ ਵੱਡਾ ਬੰਦਾ ਹੋਈ ਉਹ ਮੇਰਾ ਖਿਆਲ ਹੈ ਉਹਦੀ ਵਜੂਹਾਂ ਤੇ ਜੋ ਵੀ ਹੋਣ ਗਿਆ ਲੇਕਿਨ ਉਹਨਾਂ ਦਾ ਉਹਨਾਂ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਸੀ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਦੂਸਰੇ ਐਡੀਸ਼ਨ ਦੇ ਵਿੱਚ ਉਹ ਉਹ ਨਿਕਲ ਗਏ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਕੱਢਣ ਦੇ ਬਜਾਏ ਸਫੇ ਵਧਾ ਦੇਣੇ ਚਾਹੀਦੇ ਸੀ ਕੁਝ ਹੋਰ ਲੋਕ ਉਹਨਾਂ ਦੇ ਉੱਤੇ ਕਾਲਰ ਵੀ ਸਾਹਿਬ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ ਸੀ ਦੂਸਰੀ ਗੱਲ ਇਹ ਹੈ ਕਿ ਸਾਡੀ ਤਾਰੀਖ ਜਿਹੜੀ ਹੈ ਆਮੂਮਨ ਉਹ ਦੋ ਹਵਾਲਿਆਂ ਨਾਲ ਲਿਖੀ ਗਈ ਦੁਨੀਆ ਦੀ ਤਾਰੀਖ ਹੀ ਦੋ ਹਵਾਲਿਆਂ ਨਾਲ ਲਿਖੀ ਗਈ ਜਾਂ ਤੇ ਬਾਦਸ਼ਾਹਾਂ ਦੀਆਂ ਸਿਫਾਤ ਲਿਖੀਆਂ ਜੰਗੀ ਖੂਬੀਆਂ ਲਿਖੀਆਂ ਤੇ ਦੂਸਰੀਆਂ ਮਸਬੀ ਲੋਕਾਂ ਦੀਆਂ ਕਹਾਣੀਆਂ ਲਿਖੀਆਂ ਗਈਆਂ ਤੀਸਰੀ ਤਾਰੀਖ ਜਿਹੜੀ ਉਹ ਗੁੰਮਸ਼ੁਦਾ ਸੀ ਅੱਜ ਤੋਂ 1000 ਸਾਲ ਪਹਿਲੇ ਤੱਕ ਕਿ ਵੱਡੇ ਸ਼ਹਿਰ ਦੇ ਬਾਰੇ ਤੇ ਬਹੁਤ ਕੁਝ ਲਿਖਿਆ ਜਾਂਦਾ ਸੀ ਲੇਕਿਨ ਕਸਬਾਤ ਜਿਹੜੇ ਨੇ ਉਹ ਨਜ਼ਰ ਅੰਦਾਜ਼ ਹੋ ਜਾਂਦੇ ਸੀ ਉਥੋਂ ਦੀ ਰਹਿਤਲ ਉਥੋਂ ਦਾ ਰੈਂਸਨ ਉਥੋਂ ਦਾ ਖਾਣ ਪੀਣ ਉਥੋਂ ਦੇ ਜਿਹੜੀਆਂ ਰਵਾਇਤਾਂ ਸਨ ਉਹ ਨਜ਼ਰ ਅੰਦਾਜ਼ ਹੁੰਦੀਆਂ ਰਹੀਆਂ ਫਿਰ ਆਇਸਤਾ-ਇਸਤਾ ਜਿਹੜੀ ਜਦੀਦ ਤਾਰੀਖ ਲਿਖੀ ਗਈ ਜਿਹੜੇ ਜਦੀਦ ਹਿਸਟੋਰੀਅਨਸ ਹਨ ਉਹਨਾਂ ਨੇ ਆਵਾਮੀ ਤੇ ਜਿਹੜੀ ਇਹ ਅਸ਼ਰਾਫੀਆ ਦੀ ਤਾਰੀਖ ਨੂੰ ਮਿਲਾਇਆ ਔਰ ਅਸ਼ਰਾਫੀਆ ਦੀ ਤਾਰੀਖ ਦੇ ਵਿੱਚੋਂ ਖਾਸ ਤੌਰ ਤੇ ਇਹ ਆਇਸਤਾ-ਇਸਤਾ ਹਾਰਜ ਹੁੰਦਾ ਗਿਆ ਕਿ ਸਿਰਫ ਔਰ ਸਿਰਫ ਸਿਰਫ ਉਹਨਾਂ ਦੀ ਤਾਰੀਫ ਔਰ ਤਸੀਫ ਹੀ ਕਰਨੀ ਅੱਜ ਦਾ ਮੁਹਰਰਖ ਜਿਹੜਾ ਹੈ ਉਹ ਅਗਰ ਅੱਜ ਦਾ ਮੁਸੰਨਿਫ ਜਿਹੜਾ ਹੈ ਅਗਰ ਉਹ ਮਨਸਫ ਨਾ ਬਣੇ ਤਾਂ ਬਹੁਤ ਵੱਡਾ ਮੁਹਰਰਖ ਹੈ ਤੇ ਮੈਂ ਜਿੰਨਾ ਖਾਸ ਤੌਰ ਤੇ ਜਿਹੜੇ ਜਿੰਨਾ ਸ਼ਖਸੀਅਤ ਦੇ ਬਾਰੇ ਜਿਹੜੇ ਖਾਕੇ ਲਿਖੇ ਜਾਂ ਸ਼ਖਸੀਅਤ ਨੂੰ ਲਿਖਿਆ ਖੋਜ ਤੇ ਆਪਣੀ ਥਾਂਵੇਂ ਲਿਖਿਆ ਬਹੁਤ ਖੂਬਸੂਰਤ ਉਹ ਉਹਦੇ ਵਿੱਚ ਖਾਮਖਾ ਖਾਮਖਾ ਦੀ ਖੁਸ਼ਾਮਦ ਨਹੀਂ ਹੈ ਖਾਮ ਖਾਕ ਕਿਸੇ ਦੇ ਕਿਰਦਾਰ ਨੂੰ ਇਤਨਾ ਵਿਦਾ ਚੜਾ ਕੇ ਪੇਸ਼ ਨਹੀਂ ਕੀਤਾ ਕਿ ਤੁਸੀਂ ਉਹਨੂੰ ਦਰਜਾ ਇਨਸਾਨੀ ਤੋਂ ਦਰਜਾ ਵਿਲਾਇਤ ਤੇ ਫਾਇਸ ਕਰ ਦਿਓ ਉਹਨਾਂ ਦੀਆਂ ਖਾਮੀਆਂ ਵੀ ਕਈ ਜਗ੍ਹਾ ਤੇ ਦਰਜ ਨੇ ਕਈ ਜਗ੍ਹਾ ਤੇ ਇੱਕ ਹੈ ਚੀਜ਼ ਕਿ ਇਹਨਾਂ ਦਾ ਸਲੂਬ ਜਿਹੜਾ ਬਾਜ਼ ਜਗ੍ਹਾ ਤੇ ਉਹ ਗਲਬ ਆ ਜਾਂਦਾ ਉਹ ਇੱਕ ਜਿਹੜਾ ਅੱਛਾ ਲਖਾਰੀ ਹੈ ਉਹ ਇਹਦੇ ਤੋਂ ਆਪਣਾ ਦਮਨ ਨਹੀਂ ਛੁਡਾ ਸਕਦਾ ਤੇ ਇਹ ਇਹ ਖੂਬੀ ਵੀ ਇਹਨੂੰ ਕਹਿ ਸਕਨੇ ਆ ਇਹਨੂੰ ਅਸੀਂ दूसरे लफ्जा के मरख की खामी भी कह सकते लेकिन एक खूबी बहुत वीडी है बहरहाल पंजाब हाउस बहुत बहुत मुबारकबाद पेश करता है और ख़ास तौर पर मुदसर इकबाल वट साहब न भी मुबारकबाद जाहिद असन साहब भी तशरीफ ले आए हैं तो कलरवी साहब अगर गुजारिश यह है ਇਹ سلسلہ ਸਿਰਫ ਗੁਜਰਾਤ ਤੱਕ ਨਹੀਂ ਰਹਿਣਾ ਚਾਹੀਦਾ ਸਾਡੇ ਹੋਰ ਬਹੁਤ ਸਾਰੇ ਸ਼ਹਿਰ ਨੇ ਜਿੱਥੇ ਸਾਡੀ ਸਾਡੀ ਤਾਰੀਖ ਸਾਡਾ ਪਛੋਕਰ ਦਫਨ ਹੈ ਸਿਰਫ ਖੋਜ ਕਰਨ ਦੀ ਲੋੜ ਹੈ ਔਰ ਇਹ ਕੰਮ ਯਕੀਨੀ ਤੌਰ ਤੇ ਇਨਾਂ ਤੋਂ ਵੱਖ ਸ਼ਾਇਦ ਹੀ ਕੋਈ ਕਰ ਸਕੇ ਇਹ سلسلہ ਇਸ ਦੀਵੇ ਤੋਂ ਅੱਗੇ ਵੀ ਦੀਵੇ ਜਗਣੇ ਚਾਹੀਦੇ ਨੇ ਬਲਣੇ ਚਾਹੀਦੇ ਨੇ ਇਸ ਤਹਿਰੀਕ ਨੂੰ ਅੱਗੇ ਵਧਣਾ ਚਾਹੀਦਾ ਤੇ ਬਹੁਤ ਸ਼ੁਕਰੀਆ ਬੜੀ ਨਵਾਜ਼ਿਸ਼ ਔਰ ਇੱਕ ਵਾਰੀ ਫਿਰ ਮੁਬਾਰਕਬਾਦ ਸਹਿ ਬਹੁਤ शुक्रिया ਅਸਬਰ ਵੈਦ ਨਦੀਮ ਰਜ਼ਾਨੇ ਅੱਛਾ ਆਗਾਜ਼ ਕੀਤਾ ਤੇ ਸਾਡੇ ਇੱਕ ਬਹੁਤ ਹੀ ਸਿਆਣੇ ਸਕਾਲਰ ਦਾਨਸ਼ਵਰ ਰਾਈਟਰ اور ਹਮਾ ਜੇਤ ਸ਼ਖਸੀਅਤ ਨੇ ਮੈਨੂੰ ਪਤਾ ਕਿਉਂ ਨਾ ਕਿਤਾਬ ਨੂੰ ਕਿੰਨਾ ਕੁ ਪੜਿਆ ਲੇਕਿਨ ਮੈਂ ਚਾਹਾਂਗਾ ਕਿ ਆਪਣੇ ਤਾਸਰ ਆਸਤੇ ਤਸ਼ਰੀਫ ਲਿਓ ਜਨਾਬ ਫਾਰੂਕ ਨਦੀਮ ਸਾਹਿਬ जनाब मुदरसर इकबाल ਬਟਸਪ ਦੀ 76 ਛਾਂਵੇਂ ਰਹਿਣ ਦੇ ਦੋ ਬੜੇ ਫਾਇਦੇ ਨੇ ਇੱਕ ਤੇ ਇਹ ਹੈ ਕਿ ਕਾਇਦ ਪੰਜਾਬੀ ਤਹਿਰੀਕ جناب ਅលਿਆਸ ਘੁਮਨ ਸਾਹਿਬ ਦੇ دیدار ਹੋ ਜਾਂਦੇ ਨੇ ਤੇ ਦੂਜੇ ਉਹ ਹੀਰੇ ਮੋਤੀ ਜਿਨ੍ਹਾਂ ਦੇ ਸਿਰਫ ਅਸੀਂ ਨਾ ਸੁਣਨੇ ਨੇ ਜਾਂ ਉਹਨਾਂ ਦੇ ਲੇਖ ਵੇਖੇ ਨੇ ਜਾਂ ਉਹਨਾਂ ਦੀ ਸ਼ਾਇਰੀ ਸੁਣੀ ਹੈ ਕਮਜ਼ ਕਮ ਉਹਨਾਂ ਦਾ دیدار ਵੀ ਹੋ ਜਾਂਦਾ ਹੈ ਮੁਲਾਕਾਤ ਹੋ ਜਾਂਦੀ ਹੈ ਤਾਰੀਖ ਬੜੀ ਪਹਿੜਿਸ਼ ਹੈ ਇਸ ਲਈ ਕਿ ਸੱਚੀ ਤਾਰੀਖ ਦਾ ਵਜੂਦ ਸਾਡੇ ਸਮਾਜ ਵਿੱਚ ਨਹੀਂ ਹੈ ਤਾਰੀਖ ਜਿਹੜੀ ਹੈ ਉਹ ਮਤਵਾਜ਼ੀ ਲਕੀਰਾਂ ਜਿਵੇਂ ਗੱਡੀ ਦੀਆਂ ਦੋ ਲੈਣਾ ਨੇ ਜਿਵੇਂ ਨਹਿਰ ਦੇ ਦੋ ਕਿਨਾਰੇ ਨੇ ਜਿਹੜੇ ਚਲਦੇ ਤੇ ਨਾਲੋਂ ਨਾਲ ਨੇ ਪਰ ਕਦੀ ਮਿਲ ਨਹੀਂ ਸਕਦੇ ਮਿਲ ਜਾਣ ਤੇ ਫੇਰ ਮਤਵਾਦੀ ਲਕੀਰਾਂ ਮਤਵਾਦੀ ਲਕੀਰਾਂ ਨਹੀਂ ਰਹਿੰਦੀਆਂ ਪੰਜਾਬ ਵਿੱਚ ਜਿੰਨੇ ਵੀ ਧੜਵੀ ਆਏ ਨੇ ਉਹ ਆਪਣੇ ਤਾਰੀਖ ਨਵੀਸ ਨਾਲ ਲੈ ਕੇ ਆਏ ਨੇ ਤੇ ਉਹਨਾਂ ਨੇ ਉਹੋ ਕੁਝ ਲਿਖਿਆ ਜੋ ਬਾਦਸ਼ਾਹ ਸਲਾਮਤ ਦੀ ਮਨਸ਼ਾ ਸੀ ਤੇ ਜਿਨ੍ਹਾਂ ਇੱਥੇ ਮੱਲ ਮਾਰਿਆ ਪੰਜਾਬ ਦੇ ਵਸੀਲਿਆਂ ਨੂੰ ਲੁੱਟਿਆ ਆਪਣੀਆਂ ਰਾਜ ਗਦੀਆਂ ਕਾਇਮ ਕੀਤੀਆਂ ਉਹਨਾਂ ਦੇ ਸਰਕਾਰੀ ਦਰਬਾਰੀ ਤਾਰੀਖ ਨਵੀਸਾਂ ਨੇ ਵੀ ਬੜਾ ਤਰੂ ਕੀਤਾ ਹੈ ਐਸ ਲਈ ਕਿ ਉਹਨਾਂ ਦੀਆਂ ਤਾਰੀਖਾਂ ਬਾਦਸ਼ਾਹਾਂ ਤੋਂ ਸ਼ੁਰੂ ਹੁੰਦੀਆਂ ਨੇ ਤੇ ਬਾਦਸ਼ਾਹਾਂ ਤੇ ਆ ਕੇ ਮੁੱਕ ਜਾਂਦੀਆਂ ਨੇ ਤੇ ਅਸੀਂ ਸ਼ਾਹੀ ਤਾਰੀਖ ਨਵੀਸਾਂ ਦੀ ਤਾਰੀਖ ਨੂੰ ਤਾਰੀਖ ਨਹੀਂ ਕਹਿ ਸਕਦੇ ਸਿਰਫ ਓਪੀਨੀਅਨ ਕਹਿ ਸਕਣੀ ਹੈ ਫੈਕਟ ਨਹੀਂ ਕਹਿ ਸਕਦੇ ਐਸ ਲਈ ਕਿ ਫੈਕਟ ਜਿਹੜਾ ਹੈ ਉਹ ਸਿਰਫ ਲੋਕਾਈ ਦੀ ਤਾਰੀਖ ਤੇ ਵਿੱਚ ਹੈ ਤੇ ਸਾਡੇ ਹਾਂ ਜੇ ਉਂਗਲਾਂ ਤੇ ਵੀ ਯੂ ਨੋ ਤੇ ਇੱਕ ਉਂਗਲ ਤੋਂ ਅਗਾ ਜਾ ਕੇ ਸਾਰੇ ਤਾਰੀਖ ਨਵੀਸ ਜਿਹੜੇ ਨੇ ਉਹ ਲੁਕ ਜਾਂਦੇ ਨੇ ਤੇ ਕੋਈ ਵੀ ਮਾਈ ਦਾ ਲਾਲ ਐਸਾ ਬਖਾਲੀ ਨਹੀਂ ਦਿੰਦਾ ਜਿਨੇ ਲੋਕਾਈ ਦੀ ਅੱਖ ਦੇ ਨਾਲ ਤਾਰੀਖ ਨੂੰ ਵੇਖਿਆ ਹੋਵੇ ਤਾਰੀਖ ਲੋਕਾਈ ਦੇ ਵਿੱਚੋਂ ਛੁੱਟਦੀ ਹੈ ਤਾਰੀਖ ਨੂੰ ਲੁਕਾਈ ਦੀ ਅੱਖ ਨਾਲ ਵੇਖ ਕੇ ਲਿਖੋ ਲੁਕਾਈ ਦੇ ਨੁਕਤੇ ਨਜ਼ਰ ਨਾਲ ਲਿਖੋ ਤੇ ਫਿਰ ਸਹੀ ਮਹਨਾਂ ਵਿੱਚ ਜਾ ਕੇ ਤਾਰੀਖ ਬੰਦੀ ਹੈ ਤੇ ਲੁਕਾਈ ਦੀ ਅੱਖ ਕੀ ਹੈ ਲੁਕਾਈ ਦੀ ਤਾਰੀਖ ਕੀ ਹੈ ਇਹ ਹੈ ਕਿਸੇ ਵੀ ਥਾਂ ਦੇ ਉਹਨਾਂ ਲੋਕਾਂ ਦੀ ਤਾਰੀਖ ਜਿਹੜੇ ਉੱਥੋਂ ਦੇ ਵਸਨੀਕ ਹੁੰਦੇ ਨੇ ਤੇ ਸਿਰਫ ਬਾਦਸ਼ਾਹਾਂ ਵਾਲੀ ਜਿਹੜੀ ਤਾਰੀਫੋ ਸਨਾ ਹੈ ਉਹ ਤਾਰੀਖ ਨਹੀਂ ਹੋ ਸਕਦੀ بڑے ਜਿਹੜੇ ਲੋਕ ਜਿਸ ਵੀ ਥਾਂ ਤੇ ਰਹਿੰਦੇ ਨੇ ਉਹ ਮੜੇ ਨੇ ਜਾਂ ਉੱਚੇ ਨੇ ਉਹ ਪੈਦਾਵਾਰੀ ਤਬਕਾਤ ਚੋਂ ਨੇ ਜਾਂ ਉਹਦਾ ਹਾਰ ਸ਼ਿੰਗਾਰ ਵਖਾਨ ਵਾਲੇ ਨੇ ਉਹਨੂੰ ਸਹਿਜ ਸੁਨੱਖਾ ਬਣਾਣਾ ਲੈਨੇ ਤਾਰੀਖ ਅਸਲ ਵਿੱਚ ਉਹਨਾਂ ਦੀ ਹੀ ਤਾਰੀਖ ਹੁੰਦੀ ਹੈ ਤੇ ਇਫਤਖਾਰ ਵਰਾਈਸ਼ ਕਲਰਵੀ ਸਾਹਿਬ ਨੇ ਜੋ ਗੁਜਰਾਤ ਦੀ ਤਾਰੀਖ ਲਿਖੀ ਹੈ ਇੱਕ ਹੁੰਦਾ ਹੈ ਕਿ ਜ਼ਖਮਾਂ ਤੇ ਲੂਣ ਛਿੜਕਣਾ ਇੱਕ ਹੁੰਦਾ ਹੈ ਜ਼ਖਮਾਂ ਤੇ ਲੂਣ ਦੇ ਡਲੇ ਕਸਾਣਾ ਇਸ ਲਈ ਕਿ ਉਹ ਸਾਰੇ ਲੋਕ ਜਿਹੜੇ ਮੇਰੇ ਮਨ ਵਿੱਚ ਵਸਦੇ ਸਨ ਮਨੂੰ ਇਫਤਖਾਰ ਸਾਹਿਬ ਦੀ ਕਿਤਾਬ ਪੜ੍ਹ ਕੇ ਮਹਿਸੂਸ ਹੋਇਆ ਕਿ ਯਾਰ ਉਹ ਤੇ ਸਾਰੀ ਗੁਜਰਾਤ ਦੇ ਸਨ ਮਨੁਚ ਚੇਤਾ ਹੈ ਮੈਂ ਨਿਕਿਆ ਆਸਾ ਤੇ ਮਾਂ ਜਦੋਂ ਦੁੱਧ ਰਿੜਕਦੀ ਸੀ ਉਹਦੀ ਗੋਦ ਵਿੱਚ ਇੱਕ ਕਿਤਾਬ ਹੁੰਦੀ ਸੀ ਤੇ ਦੁੱਧ ਰਿੜਕਣ ਲੱਗਿਆਂ ਉਹਦਾ ਸਿਰ ਮਦਾਨੀ ਦੇ ਨਾਮ ਘੱਟ ਜਿਹੜਾ ਹਿਲਦਾ ਸੀ ਤੇ ਇਸ ਜੁਮਲੇ ਤੇ ਬਾਰ-ਬਾਰ ਹਿਲਦਾ ਸੀ ਇਸ ਮਿਸਰੇ ਤੇ ਬਾਰ-ਬਾਰ ਹਿਲਦਾ ਸੀ ਵੇ ਤੂੰ ਕੁੰਜਾ ਦਾਇ ਵੇ ਪ੍ਰਾਤੂ ਕੁੰਜਾ ਦਾਇ ਕਿਉਂਕਿ ਉਸ ਵੇਲੇ ਉਹ ਪੰਜਾਬੀ ਫਾਜ਼ਲ ਦੇ ਚੱਕਰ ਵਿੱਚ ਸੀ ਹਾਲਾਂਕਿ ਜੋ ਉਹਨਾਂ ਨੇ ਬਾਪੂ ਨੂੰ ਚੱਕਰ ਦਿੱਤਾ ਉਹਨਾਂ ਚੱਕਰ ਹੀ ਕਾਫੀ ਸੀ ਤਾਰੀਖ ਜੋ ਉਹਨੇ ਲਿਖੀ ਹੈ ਉਹਨੂੰ ਹਰ ਪੱਖ ਦੇ ਨਾਲ ਹਰ ਸ਼ੋਭੇ ਦੀ ਸ਼ਖਸੀਅਤ ਦੇ ਨਾਲ ਉਹਨੂੰ ਸਮਾਰਿਆ ਹੈ ਇਹ ਵੇਖੋ ਕਿ ਜਿਹੜੇ ਲੋਕ ਸਾਡੇ ਅਦਬ ਵਿੱਚ ਉੱਚਾ ਨਾ ਰੱਖਦੇ ਸਨ ਜਿਹੜੇ ਲੋਕ ਸਾਡੇ ਵਤਨੇ ਅਜ਼ੀਜ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਦੇ ਰਹੇ ਉਹਨਾਂ ਦੇ ਤਜ਼ਕਿਰੇ ਦੇ ਨਾਲ ਵੀ ਇਹ ਕਿਤਾਬ ਸੰਗਾਰੀ ਹੈ ਤੇ ਉਹ ਲੋਕ ਜਿਹੜੇ ਸ਼ੌਕ ਦੀ ਦੁਨੀਆ ਦੇ ਵਿੱਚ ਬੜਾ ਉੱਚੀ ਟੀਸੀ ਨਾ ਰੱਖਦੇ ਨੇ ਉਹ ਵੀ ਇਹਦੇ ਵਿੱਚ ਮੌਜੂਦ ਨੇ ਤੇ ਇਹ ਬੜਾ ਐਸਾਨ ਹੋਇਆ ਕਿ ਇਹ ਕਿਤਾਬ ਮਨੂੰ ਵੇਖਣ ਲਈ ਲੱਭ ਗਈ ਤੇ ਮੇਰੀਆਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਸਨ ਤਾਰੀਖੀ ਮੂਗਾਲਤੇ ਸਨ ਉਹ ਇਫਤਖਾਰ ਸਾਹਿਬ ਦੀ ਇਹ ਕਿਤਾਬ ਪੜ੍ਹ ਕੇ ਦੂਰ ਹੋ ਗਏ ਮੈਨੂੰ ਜਦ ਤੱਕ ਇਹ ਹੋਈ ਸਮਝਦਾ ਰਿਹਾ ਕਿ ਅਨੈਤ हुसैन ਪੱਟੀ ਦਾ تعلق ਮਲਤਾਨਾ ਲੈ ਇਸ ਲਈ ਕਿ ਜਿਹੜੇ ਹਸਪਤਾਲ ਦੇ ਬਰਾਂਡੇ ਵਿੱਚ ਉਹਦੀ ਮਾਂ ਅੱਲਾ ਰੱਖੀ ਬਗੈਰ ਦਵਾਈਆਂ ਤੋਂ ਮਰ ਗਈ ਸੀ ਜਦੋਂ ਵੇਲਾ ਆਇਆ ਤੇ ਅਨੈਤ ਸ਼ਹਿਨ ਪੱਟੀ ਨੇ ਉੱਥੇ ਅੱਲਾ ਰੱਖੀ ਵਾਰਡ ਬਣਾਇਆ ਤੇ ਅੱਜ ਵੀ ਲੋਕ ਉਸ ਵਾਰਡ ਦੇ ਵਿੱਚ ਮੁਫਤ ਦਵਾਈਆਂ ਲੈਂਦੇ ਨੇ ਮਨੂੰ ਇਹ ਨਹੀਂ ਪਤਾ ਸੀ ਕਿ ਚਕੋਰੀ ਵੀ ਉਸੇ ਸ਼ਹਿਰ ਦੀ ਏ ਐਸ ਲਈ ਕਿ ਜਦੋਂ ਮੈਂ ਡਰਾਮਾ ਅਸੇਲੀਆ ਲਿਖ ਰਿਹਾ ਸਾਂ ਤੇ ਮੇਰਾ ਡਰਾਮੇ ਦਾ ਹੀਰੋ ਸੀ ਅਸਦ ਕਾਫੀ ਇੱਕ ਬੜਾ ਸੀਨ ਸੀ ਬੜਾ ਉਸ ਨੂੰ ਮੈਂ ਗਲੇਮਰਾਇਜ਼ ਕਰਕੇ ਲਿਖਣ ਦੀ ਕੋਸ਼ਿਸ਼ ਕੀਤੀ ਸੀ ਕਿ ਬੜੇ ਮੂਡ ਦੇ ਪੈਮਾਨੇ ਦੇ ਨਾਲ ਜਿਹੜੀ ਲਾਈਟਿੰਗ ਸੀ ਉਹਦੇ ਲਈ ਜ਼ਰੂਰੀ ਸੀ ਕਿ ਪਫ ਅੱਖਾਂ ਤੇ ਮਾਰਿਆ ਜਾਏ ਤਾਂ ਕਿ ਹਿੰਜੂ ਨਿਕਲ ਸਕਣ ਲੇਕਿਨ ਇਹ ਵੇਖੋ ਕਿ ਉਸ ਵੇਲੇ ਮੇਕਅਪ ਮੈਨ ਦੇ ਕੋਲ ਗਲੈਸਰੀ ਨਹੀਂ ਸੀ ਮੈਂ ਅਸਦ ਕੈਫੀ ਨਾਲ ਗੱਲ ਕੀਤੀ ਮੈਂ ਕਿਹਾ ਯਾਰ ਇਹ ਮਾਂ ਦੇ ਮਰਨ ਦਾ ਸੀਨ ਹੈ ਨਿਭਾ ਲਏਗਾ ਕਿਉਂਕਿ ਅੱਖਾਂ ਚੋਂ ਅਥਰੂ ਕੱਢ ਲਈ ਗਲੈਸਰੀ ਦਾ ਪਫ ਕੋਈ ਨਹੀਂ ਉਹਨੇ ਕਿਹਾ ਬਸ ਗੱਲ ਮੁੱਕ ਗਈ ਤੇ ਸੈੱਟ ਦੇ ਉੱਤੇ ਉਹ ਸਿਰਫ ਸੱਚੀ ਮੁੱਚੀ ਨਾ ਆਪ ਰੋਇਆ ਬਲਕੇ ਜਿੰਨੇ ਵੀ ਸੈੱਟ ਤੇ ਲੋਕ ਮੌਜੂਦ ਸਨ ਉਸਨੇ ਹਰ ਵਾਰ ਦਿੱਤੇ ਤੇ ਬਾਅਦ ਵਿੱਚ ਪਤਾ ਇਹ ਲੱਗਿਆ ਅਸਦ ਨੇ ਦੱਸਿਆ ਕਿ ਮੇਰੀ ਮਾਂ ਕੈਂਦੀ ਸੀ ਕਿਉਂਕਿ ਕੈਂਸਰ ਦੀ ਉਹ ਪੇਸ਼ੈਂਟ ਸੀ ਤੇ ਆਖਰੀ ਵੇਲੇ ਤੱਕ ਉਹ ਇਹੋ ਤੜਪਦੀ ਰਹੀ ਕਿ ਮੰਨੂ ਇੱਕ ਵਾਰੀ ਤੇ ਗੁਜਰਾਤ ਲਿਆ ਜਾ ਪਰ ਉਸ ਨੂੰ ਨਸੀਬ ਨਾ ਹੋ ਸਕਿਆ ਜਿਹੜੇ ਨਾਂ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖੇ ਨੇ ਜਿਨ੍ਹਾਂ ਦੇ ਕੰਮਾਂ ਦੇ ਬਾਰੇ ਇਹਨਾਂ ਨੇ ਤਸਕਰਾ ਕੀਤਾ ਹੈ ਉਹ ਸਾਡੇ ਹਰ ਸ਼ੋਭੇ ਦੇ ਬੜੇ ਉੱਚੀ ਸੀ ਲੋਕ ਨੇ ਤੇ ਉਹਨਾਂ ਲੋਕਾਂ ਨੂੰ ਭੁਲਾਇਆ ਨਹੀਂ ਜਾ ਸਕਦਾ ਉਹ ਭਾਵੇਂ ਮੁਬਾਰਕ ਅਹਿਮਦ ਦੇ ਉਹ ਭਾਵੇਂ ਸ਼ੈਸਤਾ ਹਬੀਬ ਦੇ ਉਹ ਭਾਵੇਂ ਕੋਈ ਹੋਰ ਉੱਚੇ-ਉੱਚੇ ਨਾਂ ਜਿਵੇਂ ਮੇਜਰ ਸ਼ਬੀਰ ਸ਼ਹੀਦ ਨੇ ਜਾਂ ਦੂਜੇ ਨਾਂ ਨੇ ਉਨਾ ਤੋਂ ਬਗੈਰ ਸਾਡੀ ਤਾਰੀਖ अधूरी ਹੈ ਤੇ ਇਹ ਗੱਲ ਨਦੀਮ ਸਾਹਿਬ ਦੀ ਬੜੀ ਸੱਚੀ ਹੈ ਕਿ ਇਹ ਗੱਲ ਸਿਰਫ ਗੁਜਰਾਤ ਤਾਈਂ ਮ hạnਦੂਦ ਨਹੀਂ ਰਹਿਣੀ ਚਾਹੀਦੀ ਇਹ ਗੁਜਰਾਤ ਤੋਂ ਅਗਾਂ ਵੀ ਵਧਣੀ ਚਾਹੀਦੀ ਹੈ ਇਸ ਲਈ ਕਿ ਸਾਡੇ ਅੱਗੇ ਤੇ 26 ਜ਼ਿਲ੍ਹੇ ਸੰ ਪੰਜਾਬ ਦੇ ਤੇ ਜੇ 24 ਆਬ ਹੋਰ ਕੁਝ ਰਹਿ ਗਏ ਤੇ ਮੈਨੂੰ ਲੱਗਦਾ ਹੈ 136 ਜ਼ਿਲ੍ਹੇ ਤੇ ਬਹਾਰ ਨਹੀਂ ਜਾਣਗੇ ਤੇ ਤੇ ਲੱਗਦੇ ਹਥਮ ਹੈ ਵੀ ਕਹਿੰਦਾ ਜਾਵਾਂ ਕਿ ਆਪਣੇ ਸ਼ਹਿਰ ਦੀ ਤਾਰੀਖ ਸਿਰਫ ਉਹ ਬੰਦਾ ਲਿਖ ਸਕਦਾ ਹੈ ਜਿਹਦੇ ਮਨ ਵਿੱਚ ਉਹਦਾ ਸ਼ਹਿਰ ਵਸਦਾ ਹੋਵੇ ਤੇ ਮੈਂ ਉਡੀਕ ਰਿਹਾ ਕਿ ਕਿਦੋਂ ਮੁਦੱਸਰ ਇਕਬਾਲ ਵੱਟਸਬ ਵਜ਼ੀరాబాద్ ਨੂੰ ਵੀ ਉਲੀਕਨ ਗਏ ਤੇ ਕਿਦੋਂ ਉਥੋਂ ਦੇ ਲੋਕਾਂ ਨੂੰ ਵੀ ਸਾਹਮਣੇ ਲਿਆਣਗੇ ਤਾਂ ਜੇ ਇਤਿਹਾਸ ਦੇ ਪੰਨੇ ਤੇ ਆਨਾਲੇ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਹ ਖਿਤਾ ਕੀ ਸੀ ਗੁਜਰਾਤ ਦੀ ਇਹ ਤਾਰੀਖ ਮੇਰੇ ਹਿਸਾਬ ਦੇ ਨਾਲ ਇਫਤਖਾਰ ਸਾਹਿਬ ਨੇ ਸ਼ਾਇਦ ਥੋੜੀ ਜੀ ਕੱਲ ਦੇ ਨਾਲ ਲਿਖੀ ਹੈ ਇਸ ਲਈ ਕਿ ਜਿਹੜੀ ਜਿਹੜੀ ਸ਼ਖਸੀਅਤ ਦਾ ਜ਼ਿਕਰ ਹੈ ਉਹਨਾਂ ਲਈ ਇੱਕ ਸਫਾ ਨਹੀਂ ਚਾਹੀਦਾ ਉਹਦੇ ਲਈ ਤੇ ਪੂਰੀ ਪੂਰੀ ਕਿਤਾਬ ਚਾਹੀਦੀ ਹੈ ਤੇ ਮੈਨੂੰ ਯਕੀਨ ਹੈ ਆਨਲੇ ਵਿਲੇ ਦੇ ਵਿੱਚ ਜਦੋਂ ਇਹਦਾ ਕੋਈ ਨਵਾਂ ਐਡੀਸ਼ਨ ਆਏਗਾ ਤੇ ਉਹ ਇਸ ਖਿਲਾੜ ਨੂੰ ਮਜ਼ੀਦ ਹੋਰ ਵੀ ਖਿਲਾੜ ਕੇ ਅਗਾਂ ਵਧਾਨ ਗਏ ਤਾਂ ਜੇ ਪਤਾ ਲੱਗ ਸਕੇ ਕਿ ਸਿਰਫ ਉਹ ਸ਼ੇਰ ਉਹਨਾਂ ਦੇ ਨਾਂ ਤੋਂ ਨਹੀਂ ਸਿਆਨੀਆਂ ਜਾਂਦਾ ਸਾਡੀ ਪੰਜਾਬ ਦੀ ਤਾਰੀਖ ਵੀ ਉਸੇ ਹਰ ਸ਼ਿੰਗਾਰ ਤੋਂ ਬਿਨਾਂ ਅਧੂਰੀ ਹੈ ਸ਼ੁਕਰੀਆ ਬਹੁਤ ਸ਼ੁਕਰੀਆ ਫਾਰੂਕ ਮੁਰਿੰਦਮ ਸਾਹਿਬ ਸਾਡੀ ਅੱਜ ਦੀ ਜਿਹੜੀ ਮਹਿਮਾਨ ਹੈ ਫਾਰਗ ਨੋ ਦੀ ਫਲਾਈਟ ਵੀ ਅੱਜ ਹੀ ਆਸੀ ਅਗਰ ਸਾਡੀ ਖਾਸੀ ਕਿ ਕਿਸੇ ਨੂੰ ਇੱਕ ਤਾਂ ਸੁਣਦੇ ਜਾਂ ਸਾਡੇ ਜ਼ਿਆਦਾ ਦੇਰ ਮੌਜੂਦ ਰਹਿੰਦੀਆਂ ਲੇਕਿਨ ਬਾਵਜੂਦ ਕਿ ਉਹਦੀ ਫਲਾਈਟ ਹੈ ਤੇ ਬਾਰ ਬਾਰ ਫੋਨ ਆ ਰਹੇ ਨੇ ਮੈਂ ਚਾਹਾਂਗਾ ਕਿ ਅਮਰੀਨ ਜ਼ਫਰ ਸਬਤਸੀਫਲੀ ਨੂੰ ਤੇ ਕਿਤਾਬ ਦੀ ਮੁਬਾਰਕ ਬਾਤ ਵੀ ਪੇਸ਼ ਕਰਾਂ ਤੇ ਇਸ ਨਾਲ ਹੋਰ ਵੀ ਕੋਈ ਗੱਲਾਂ ਸਾਂਝੀਆਂ ਕਰਨ ਮੋਤਰਮਾ ਅਮਰੀਨ ਜ਼ਫਰ ਪਸੰਦਤ ਰਖਵਾਨੇਮ ਅਸਲਾਮੁਅਲਿਕ ਸਭ ਤੋਂ ਪਹਿਲੇ ਤੇ ਮੈਂ ਕਿਤਾਬ ਦੀ ਬਹੁਤ ਜ਼ਿਆਦਾ ਮੁਬਾਰਕਬਾਦ ਦੇਣੀ ਆ ਇਹਦਾ ਜਿਹੜੇ ਬਾਰੇ ਵਿੱਚ ਬੋਲਣਾ ਉਹ ਮੇਰੇ ਤੇ ਉਧਾਰ ਹੈ ਉਹ ਮੈਂ ਪੜ ਕੇ ਤੇ ਜ਼ਰੂਰ ਆਪਣੇ ਜਿਹੜੇ ਵੀਜ਼ ਨੇ ਉਹ ਤੁਹਾਡੇ ਤੱਕ ਪਹੁੰਚਾਵਾਂਗੀ ਔਰ ਬਹੁਤ ਜ਼ਿਆਦਾ ਮੁਬਾਰਕਬਾਦ ਦੇਣੀ ਆ ਦਸਕਪਾਲ ਪਟਸਰ ਸਾਹਿਬ ਨੂੰ ਲੇ ਆਸ ਕੋ ਮੰਜੀ ਹੋਰਾਂ ਨੂੰ ਕਿ ਉਹਨਾਂ ਨੇ ਜਿਸ ਤਰ੍ਹਾਂ ਪੰਜਾਬੀ ਦੇ ਬਾਰੇ ਸਾਮ ਕੰਮ ਕਰ ਰਹੇ ਕੀ ਨੇ ਔਰ ਉਹ ਅਸਕਲ ਦੀ ਗਵਾਹੀ ਦੇਣਗੇ ਕਿ ਮੈਂ ਵੀ ਉਹਨਾਂ ਦੇ ਪਿੱਛੇ-ਪਿੱਛੇ ਉਹਨਾਂ ਦਾ ਹੱਥ ਫੜ ਕੇ ਤੁਰ ਹੀ ਆ ਰਹੀ ਆ ਤੇ ਬਹੁਤ ਸ਼ੁਕਰੀਆ ਬਹੁਤ ਸਾਨੂੰ ਸਾਡੇ ਇੱਕ ਨੌਜਵਾਨ ਦੋਸਤ ਨੇ ਜਿਹੜੇ ਅ ਫਾਰ ਕਰੀ ਸਾਡੇ ਸਾਥੀ ਵੀ ਨੇ ਸੰਭਰਾਸ਼ਮੀ ਮੈਂ ਚਾਹਾਂਗਾ ਕਿ ਸਟੇਟ ਦੇ ਸੀਫ ਲੋਨ ਚਾਹੇ ਮੁਬਾਰਕਬਾਦੀ ਪੇਸ਼ ਕਰਨ ਲੇਕਿਨ ਜ਼ਰੂਰ ਤਸੀਫ ਲੋਨ ਤਾਂ ਕਿ ਕਮਲ ਕੋ ਫੋਟੋ ਤੇ ਬਣ ਜਾਵੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸਭ ਤੋਂ ਪਹਿਲੇ ਤੇ ਮੈਂ ਜਨਾਬ ਮਦਸਰ ਇਕਬਾਲ ਬਾਟ ਸਾਹਿਬ ਤੇ ਇਫਤਿਹਾਰ ਕੋ ਮਨ ਆਪਣਾ ਲਿਆਸ ਕੋ ਮਨ ਸਾਹਿਬ ਦੇ ਜਿਹੜਾ ਨਾ ਮਿਹਰਬਾਨੀ ਕਰਨਾ ਕਿ ਜਿਨ੍ਹਾਂ ਨੇ ਸਾਨੂੰ ਇਹ ਰਾਹ ਵਹਾਇਆ ਸਾਡੇ ਉਸਤਾਦ ਨੇ ਸਾਨੂੰ ਗੁਰਤੀ ਦਿੱਤੀ ਹੈ ਕਿ ਆਪਣਾ ਜਿਹੜਾ ਸਾਰਾ ਵਕਤ ਉਹ ਆਪਣੀ ਤਾਰੀਖ ਨੂੰ ਤੇ ਆਪਣੀ ਮਿੱਟੀ ਨੂੰ ਜਿਹੜਾ ਨਾ ਉਹ ਦਿਓ ਤੇ ਉਹਦੇ ਚ ਜਿਹੜੇ ਛੁਪੇ ਹੀ ਰਹੇ ਨੇ ਜਿਹੜੇ ਅਸੀਂ ਗੁਆ ਬੈਠੇ ਆ ਜਾਂ ਸਾਡੇ ਵੱਡੇ ਗੁਆ ਬੈਠੇ ਨੇ ਉਹਨਾਂ ਨੂੰ ਅਸੀਂ ਲੈ ਕੇ ਸਾਹਮਣੇ ਆਵੀਏ ਤੇ ਇਹਨਾਂ ਦੀ ਸਾਰੀ ਕਰਨੀ ਹੈ ਤੇ ਫਿਰ ਉਸ ਤੋਂ ਬਾਅਦ ਜਿਹੜਾ ਅਮਲ ਕੀਤਾ ਇਸ ਮਤਲਬ ਨਸੀਅਤ ਇਫਤਿਹਾਰ ਸਾਹਿਬ ਨੇ ਤੇ ਮੈਂ ਉਹਨਾਂ ਨੂੰ ਮੁਬਾਰਕ ਦੇਣਾ ਕਿ ਤੁਸੀਂ ਆਪਣੇ ਉਸਤਾਦਾਂ ਦਾ ਜਿਹੜਾ ਦਿੱਤਿਆ ਹੋਇਆ ਸਬਕ ਉਹਦੇ ਤੇ ਅਮਲ ਕਰ ਰਹੇ ਹੋ ਤੇ ਅਗੂ ਸਾਨੂੰ ਵੀ ਸਬਕ ਦੇ ਰਹੇ ਨੇ ਅਸੀਂ ਵੀ ਇਹਨਾਂ ਦੇ ਨਾਲ ਆ ਤੇ ਇਸ ਚੀਜ਼ ਦੀ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਹੈ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਬੰਦੇ ਨੇ ਉਹ ਇਹ ਜ਼ਾਹਿਰ ਕਰਦੀ ਕਿ ਵਿੜੈਸ਼ ਸਾਹਿਬ ਦਾ ਆਪਣੇ ਸ਼ਹਿਰ ਦੇ ਬੰਦਿਆਂ ਨਾਲ ਆਪਣੀ ਮਿੱਟੀ ਨਾਲ ਕਿੰਨਾ ਕੁ ਪਿਆਰ ਹੈ ਤੇ ਇਹ ਹਰ ਬੰਦੇ ਨੂੰ ਹੋਣਾ ਚਾਹੀਦਾ ਹੈ ਤੇ ਮੈਂ ਬਿਲਕੁਲ ਇੱਕ ਮਤਲਬ ਸਾਰਿਆਂ ਨੇ ਗੱਲ ਕੀਤੀ ਹੈ ਮੇਰੀ ਗੱਲ ਉਹਨਾਂ ਅੱਗੇ ਕੱਖ ਵੀ ਨਹੀਂ ਮੈਂ ਤੇ ਬਿਲਕੁਲ ਇੱਕ ਬਾਲ ਆ ਤੇ ਇਹੀ ਮੇਰੇ ਵਿਊਜ਼ ਨੇ ਤੇ ਤੁਹਾਡੇ ਸਾਰਿਆਂ ਅੱਗੇ ਮੈਂ ਇਹੀ ਜਿਹੜੀ ਇਹ ਇਲਤਮਾਸ ਕਰਾਂ ਦਾ ਕਿ ਆਪਣਾ ਜਿਹੜਾ ਨਾ ਸ਼ਹਿਰ ਹਰ ਬੰਦੇ ਦੀ ਡਿਊਟੀ ਏ ਕਿ ਆਪਣਾ ਸ਼ਹਿਰ ਨੂੰ ਜਿਹੜਾ ਨਾ ਆਪਣੇ ਇਲਾਕੇ ਨੂੰ ਉਜਾਗਰ ਕਰੋ ਇੱਕ ਬੰਦੇ ਦੇ ਉੱਤੇ ਜਿਹੜੀ ਉਹ ਸਾਰਾ ਬਲਡਨ ਨਹੀਂ ਪਾਣਾ ਚਾਹੀਦਾ ਜਿਹੜਾ ਜਿਹੜਾ ਬੰਦਾ ਇਸ ਚੀਜ਼ ਨੂੰ ਮਤਲਬ ਲਗਨ ਰੱਖਦਾ ਹੈ ਉਹ ਆਪਣੇ ਆਪਣੇ ਸ਼ਹਿਰ ਨੂੰ ਲੈ ਕੇ ਗਿਆਨ ਸਾਡੇ ਮਤਲਬ ਬਜ਼ੁਰਗ ਬੈਠੇ ਨੇ ਉਹ ਇਸ ਚੀਜ਼ ਨੂੰ ਮਤਲਬ ਨਾਸ਼ਰ ਨੇ ਨਸ਼ਰ ਵੀ ਕਰਨ ਦੇ ਹਰ ਚੀਜ਼ ਕਰਨ ਦੇ ਤੁਸੀਂ ਸਿਰਫ ਬੰਦਾ ਦਸਣਾ ਤੇ ਮੈਟਰ ਦਸਣਾ ਬਾਕੀ ਕੰਮ ਇਹ ਨਾ ਆਦਾ ਮਿਹਰਬਾਨੀ ਜਨਾਬ ਸ਼ੁਕਰੀਆ ਸਾਡੇ ਇਸ ਹਾਲ ਵਿੱਚ ਅਕਲੋਤੇ ਦਾਰਸ਼ਵਰ ਅੱਛਾ ਇਤਰਾਕੇ ਵੀ ਕਿ ਅੱਜ ਜ਼ੈਦ ਅਸਰ ਸਾਬ ਦੀ ਬਹੁਤ ਬਸਫੀਅਤ ਸੀ ਉਹਨਾਂ ਆਪਣੀ ਕਲਾਸ ਦਾ ਪੇਪਰ ਲੈਣਾ ਸੀ ਜਿਹੜਾ 5 ਵਜੇ ਖਤਮ ਹੋਣਾ ਸੀ ਤੇ ਮੈਨੂੰ ਉਹਨਾਂ ਨੇ ਫਰਮਾਇਆ ਕਿ ਮੈਂ ਤੇ ਨਹੀਂ ਆ ਸਕਾਂਗਾ ਲੇਕਿਨ ਉਹਦੀ ਮਿਹਰਬਾਨੀ ਤੇ ਵਕਤ ਦੀ ਵੀ ਮਿਹਰਬਾਨੀ ਕਿਸੀ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਉਹਨਾਂ 5 ਵਜੇ فارغ ਹੋਏ ਤੇ ਸਿੱਧੇ ਤਸ਼ੀਫ ਲਾਏ ਨੇ ਮੈਂ ਇੰਤਹਾਈ ਇਤਰਾਮ ਪਿਆਰ ਤੇ ਮੁਹੱਬਤ ਨਾਲ ਗੁਜ਼ਾਰਿਸ਼ ਕਰਾਂਗਾ ਜ਼ੈਦ ਅਸਰ ਸਾਹਰ ਨੂੰ ਤਸ਼ੀਫ ਲਈ ਉਹਨ ਤੇ ਕਿਤਾਬ ਤੇ ਸਾਹਿਬੇ ਕਿਤਾਬ ਬਾਰੇ ਆਪਣੀ ਗੱਲਬਾਤਾਂ ਜਿਕਰ جناب ਜ਼ਾਹਿਦ हसन ਬਹੁਤ শুকਰੀਆ ਬੱਸ ਬਰ ਤੁਹਾਡਾ ਅਸਲੀ ਵੀ ਸ਼ੁਕਰੀਆ ਕਿ ਬਹੁਤ ਅਹਿਮ ਪ੍ਰੋਗਰਾਮ ਹੁੰਦੇ ਰਹਿੰਦੇ ਨੇ ਸਾਡੇ ਪੰਜਾਬੀ ਯੂਨੀਅਨ ਦੇ ਤਹਿਤ ਤੇ ਹਮੇਸ਼ਾ ਜਿਹੜਾ ਨਾ ਪਹਿਲੇ ਤਰੀਖੇ ਗੁਜਰਾਤ ਇੱਕ ਅਸੀਂ ਮੈਂ ਉਦੋਂ ਇਤਫਾਕ ਨਾਲ ਪੰਜਾਬੀ ਵਿਦਿਅਕ ਬੋਰਡ ਚੋਂਦਾ ਸੀ ਜਦੋਂ ਛਪੀ ਉਹ ਸੀ ਉਹਨਾਂ ਦੀ ਸਮੀਰਲਾ ਐ ਬੁਰੀਸ਼ੀ ਕਿਲਾਦਾਰ अहमद हुसैन ਕੁਰੀਸ਼ੀ ਕਿਲਾਦਾਰ ਸਾਹਿਬ ਉਹਨਾਂ ਦੇ ਤੇ ਉਹ ਵੈਸੇ ਉਹਨਾਂ ਦੇ ਬੜੇ ਯਾਨੀ ਹੋਰ ਵੀ ਚੀਜ਼ਾਂ ਨੇ ਕਿ ਇਸ ਤਰ੍ਹਾਂ ਦੀਆਂ ਲਿਖਦੇ ਸਨ ਉਸ ਵਕਤ ਕਿ ਕਾਤਿਬ ਲਿਖਦਾ ਹੁੰਦਾ ਸੀ ਤੇ ਉਹ ਵਿਚਾਰੇ ਨੂੰ ਪੜਾਣੇ 'ਚ ਬੜਾ ਮਸਲਾ ਹੁੰਦਾ ਸੀ ਤੇ ਇੱਕ ਦਿਨ ਆਏ ਔਰ ਖਾਨ ਸਾਹਿਬ ਨੇ ਨਾ ਕਿਹਾ ਕਿ ਤੁਸੀਂ ਕੋ ਸਾਫ ਲਿਖਣ ਦੀ ਕੋਸ਼ਿਸ਼ ਕੀਤੀ ਕਰੋ ਤਾਰੀਖ ਵੈਸੇ ਵੀ ਲੇਖ ਰਹੇ ਹੋ ਤੇ ਤੁਸੀਂ ਲਿਖਦੇ ਇਸ ਤਰ੍ਹਾਂ ਕਿ ਸਮਝ ਨਹੀਂ ਆਉਂਦੀ ਕਾਤਿਬ ਨੂੰ ਤਾਂ ਕਹਿੰਦਾ ਕਾਤਿਬ ਬਿਲਕੁਲ ਨਾਹ ਲੈ ਨੂੰ ਪਤਾ ਹੀ ਨਹੀਂ ਲੱਗਦਾ ਕਿਹੜਾ ਲਫਜ਼ ਹੈ ਜਿਹਦਾ ਨਹੀਂ ਪਤਾ ਚੱਲ ਰਿਹਾ ਤਾਂ ਉਹਨਾਂ ਨੇ ਕਿਹਾ ਜੀ ਇਹ ਦੇਖੋ ਇਤਫਾਕ ਨਾਲ ਕਾਤਿਬ ਮੌਜੂਦ ਸੀ ਤੇ ਕਹਿੰਦਾ ਸਾਈ ਨੂੰ ਛੱਡੋ ਦੂਸਰਾ ਦੱਸੋ ਉਹ ਕੋਈ ਚਾਰ ਪੰਜ ਜਿਹੜੇ ਨਾ ਉਹਨਾਂ ਦੀ ਆਪਣੀ ਹੱਥਾਂ ਦਾ ਲੇਕਿਨ ਇਹ ਕਿ ਉਹ ਬਹੁਤ ਅਹਿਮ ਇਹ ਤਰੀਕੇ ਗੁਜਰਾਤ ਗੁਜਰਾਤ ਦੇ ਹਵਾਲੇ ਨਾਲ ਬਹੁਤ ਜ਼ਿਆਦਾ ਕੰਮ ਹੋਇਆ ਹੈ ਲੇਕਿਨ ਇਹ ਗੁੰਜਾਇਸ਼ ਹਮੇਸ਼ਾ ਤੋਂ ਮੌਜੂਦ ਰਹਿੰਦੀ ਹੈ ਤੇ ਕਾਲਰ ਵੀ ਸਾਹਿਬ ਦਾ ਕਮਾਲ ਇਹ ਹੈ ਕਿ ਮੈਂ ਜਿਹੜੀ ਜਦੋਂ ਬੋਰਡ ਸੀ ਤੇ ਇਹਨਾਂ ਦੀ ਇੱਕ ਕਿਤਾਬ ਆਈ ਸੀ ਧਰਤੀ ਲਹੂ ਮੰਗਦੀ ਠੀਕ ਹੈ ਨਾ ਜੀ ਤੇ ਉਹਦੇ ਵਿੱਚ ਨਾ ਸੂਰਮਿਆਂ ਬਾਰੇ ਪੰਜਾਬ ਦੇ ਜਿਹੜੇ ਸਨ ਉਹਨਾਂ ਦੇ ਹਵਾਲੇ ਨਾਲ ਇਹਨਾਂ ਨੇ ਲਿਖਿਆ ਅੱਛਾ ਇਹ ਕਿਤਾਬ ਜਿਹੜੀ ਹੈ ਨਾ ਜ਼ਾਇਰ ਜਦੋਂ ਤੁਸੀਂ ਤਾਰੀਖ ਲਿਖ ਰਹੇ ਹੁੰਦੇ ਹੋ ਤੇ ਹਰ ਚੀਜ਼ ਜਿਹੜੀ ਰਿਲੇਟ ਕਰਦੀ ਹੁੰਦੀ ਉਹ ਸਵਾਲਿਆਂ ਨਾਲ ਤੁਸੀਂ ਲਿਖਦੇ ਹੋ ਇਸ ਲਈ ਵੀ ਮਜ਼ੇਦਾਰ ਹੈ ਕਿ ਲੱਗਦਾ ਹੈ ਕਿ ਜੀ ਕੋਈ ਪਾਕਿਸਤਾਨੀ ਪੰਜਾਬੀ ਰਾਈਟਰ ਜਿਹੜਾ ਹੈ ਉਹ ਸ਼ਾਇਦ ਗੁਜਰਾਤ ਤੋਂ ਇਲਾਵਾ ਕਿਤੇ ਪੈਦਾ ਹੀ ਨਹੀਂ ਹੋਇਆ ਔਰ ਮੈਂ ਜਿਹੜੀਆਂ ਮਸਲਨ ਸਾਡੀਆਂ ਦੋ ਬਹੁਤ ਵੱਡੀਆਂ ਵਾਰਾਂ ਨੇ ਪੰਜਾਬੀ ਵਿੱਚ ਇੱਕ ਨਿਜਾਬਤ ਦੀ ਵਾਰ ਹੈ ਤੇ ਇੱਕ ਪੀਰ ਮੁਹੰਮਦ ਦੀ ਵਾਰ ਹੈ ਜਿਹੜੀ ਚੱਠਿਆਂ ਦੀ ਵਾਰ ਬਹੁਤ ਮਸ਼ਹੂਰ ਹੈ ਤੇ ਪੀਰ محمد ਵੀ ਗੁਜਰਾਤ ਦਾ ਔਰ ਨਜਾਬਤ ਵੀ ਵੈਸੇ ਕਈ ਲੋਕ ਕਹਿੰਦੇ ਨੇ ਕਿ ਜੀ ਉਹ ਸ਼ਾਹਪੁਰ ਦੇ ਇਲਾਕੇ ਦਾ ਲੇਕਿਨ ਇਹ ਕਿ ਇਹਨਾਂ ਨੇ ਉਹਨੂੰ ਗੁਜਰਾਤ ਅੱਛਾ ਸਫਦਰ ਮੀਰ ਸਾਹਿਬ ਨੇ ਜਿਨ੍ਹਾਂ ਨੇ ਅੰਗਰੇਜ਼ੀ 'ਚ ਵੀ ਲਿਖਦੇ ਸਨ ਉਰਦੂ 'ਚ ਵੀ ਲੇਕਿਨ ਇਤਨੇ ਲੋਕਾਂ ਨੂੰ ਪੰਜਾਬੀ ਅੱਲੇ ਲਿਆਂਦਾ ਕਿ ਜਿਹੜੇ ਬੰਦੇ ਨੂੰ ਪੁੱਛੋ ਤਾਂ ਪਤਾ ਚੱਲਦਾ ਸੀ ਕਿ ਯਾ ਸਫਦਰ ਮੀਰ ਸਾਹਿਬ ਇਨਵਾਲਵ ਸਨ ਉਹਦੇ ਯਾ ਰਾਜਾਰੇ ਸਾਲੂ ਇਨਵਾਲਵ ਸਨ ਸੋ ਇਤਨੇ ਅੱਛਾ ਇਹਦੇ ਉਲਟ ਵੀ ਹੈ ਕੰਮ ਕਿ ਬਾਅਦ ਇਹਨਾਂ ਨੇ ਅੱਛਾ ਫਿਰ ਪ੍ਰਕਾਸ਼ ਟੰਡਨ ਹੈ ਹੁਣੇ ਫਰੂਖ ਸਾਹਿਬ ਤੇ ਫਿਲਮ ਦੇ ਹਵਾਲੇ ਨਾਲ ਗੱਲਬਾਤ ਕਰਕੇ ਤੇ ਇੱਕ ਹਿਸਟਰੀ ਦਾ ਹੋਰ ਪੋਰਸ਼ਨ ਹੈ ਜਿਹਦੇ ਵਿੱਚ ਨਾ ਸਬਈਆ ਖਾਨਮ ਦੇ ਦੇ ਚ ਨਾਂ ਸ਼ਾਮਿਲ ਹੈ ਔਰ ਉਹ ਬਾਲੋ ਦਾ ਔਰ ਇੱਕ ਮਾਈਏ ਦਾ ਠੀਕ ਹੈ ਨਾ ਉਹ ਕਹਾਣੀ ਚਲੋ ਮੈਂ ਕਿਸੇ ਹੋਰ ਤੇ ਛੱਡ ਦਿੰਦਾ ਉਹ ਸੁਣਾਣਗੇ ਕਿ ਉਹਨਾਂ ਦਾ ਫਿਰ ਕੇਸ ਚੱਲਿਆ ਤੇ ਕਿਸ ਤਰ੍ਹਾਂ ਉਹਨਾਂ ਨੇ ਅਦਾਲਤ ਵਿੱਚ ਆਪਣਾ ਕੇਸ ਜਿਹੜਾ ਬਾਲੋ ਔਰ ਮਾਈਏ ਨੇ ਮੁਹੰਮਦ ਅਲੀ ਮਾਈਆ ਦਾ ਨਾਂ ਸੀ ਤੇ ਉਹਨਾਂ ਨੇ ਮਈਆ ਮਈਆ ਦੇ ذریعے ਆਪਣਾ ਕੇਸ ਲੜਿਆ ਔਰ ਉਹਨਾਂ ਨੂੰ ਬਰੀ ਕਰ ਦਿੱਤਾ ਜੱਜ ਨੇ ਔਰ ਉਹਦੇ ਹੀ ਚੁਫੇਰੇ ਸਬੀਆ ਖਾਨਮ ਜਿਹੜੀ ਹੈ ਉਹ ਪੈਦਾ ਹੋਈ ਉਹਨਾਂ ਦੋਵਾਂ ਦੇ ਵਿੱਚੋਂ ਸੋ ਬੜੇ ਯਾਨੀ ਅੱਛਾ ਫਿਰ ਸੋਹਣੀ ਮਈ والدہ ਕਿਸੇ ਤਰੀਖ ਇਤਨੀ ਹੈ ਜ਼ਿਆਦਾ ਲਿਖਣ ਵਾਲੇ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਲਿਖਿਆ محمد ਬੂਟਾ ਗੁਜਰਾਤੀ ਪੰਜਾਬੀ ਰਜ਼ਲ ਦਾ ਜਿਹੜਾ ਸ਼ੁਰੂਆਤ ਹੈ ਉਹ ਪੀਰ ਫਜ਼ਲ ਗੁਜਰਾਤੀ ਨੇ ਕੀਤੀ ਉੱਥੋਂ ਤੇ ਅੱਛਾ ਇਹ ਜਿੱਥੇ ਇਹ ਹੋ ਰਿਆ ਨਾ ਕਿ ਜੀ ਪੰਜਾਬੀ ਦੇ ਬੜਾ ਸਿੱਕਾ ਬੰਦ ਕਿਸਮ ਦੇ ਔਰ ਬੜੇ ਰਿਚ ਰਾਈਟਰ ਗੁਜਰਾਤ ਵਿੱਚ ਮੌਜੂਦ ਸਨ ਔਰ ਆਰਟਿਸਟ ਵੀ ਮੌਜੂਦ ਸਨ ਗੁਜਰਾਤ ਇੱਕ ਜ਼ਮਾਨੇ ਚ ਕਹਿਣਾ ਚਾਹੀਦਾ ਹੈ ਕਿ ਕਲਚਰ ਦਾ ਸੋਮਾ ਰਿਹਾ ਔਰ ਪਾਰਟੀਸ਼ਨ ਤੋਂ ਬਾਅਦ ਵੀ ਇੰਨੇ ਕਿੱਸਾ ਲਿਖਣ ਵਾਲੇ ਸ਼ਾਇਰ ਜਿਹੜੇ ਸਨ ਔਰ ਕਹਾਣੀਆਂ ਲਿਖਣ ਵਾਲੇ ਲੋਕ ਜਿਹੜੇ ਸਨ ਉਹ ਗੁਜਰਾਤ ਦੇ ਔਰ ਗੁਜਰਾਤ ਮਰਕਜ਼ ਵੀ ਰਿਹਾ ਲੜਾਈਆਂ ਦਾ ਵੀ ਮਤਲਬ ਹੈ ਕਿ ਜਦੋਂ ਐ ਅਹਿਮਦ ਸ਼ਾਹ ਅਬਦਾਲੀ ਦੇ ਔਰ ਇਹਨਾਂ ਦੇ ਹਮਲੇ ਹੋ ਰਹੇ ਸਨ ਤੇ ਉਸ ਤੋਂ ਬਾਅਦ ਫਿਰ ਜਦੋਂ ਸਿੱਖਾਂ ਦੀਆਂ ਮਿਸਲਾਂ ਸ਼ੁਰੂ ਹੋਈਆਂ ਔਰ ਅ ਰਣਜੀਤ ਸਿੰਘ ਦਾ ਜ਼ਮਾਨਾ ਆਇਆ ਤੇ ਉਦੋਂ ਵੀ ਗੁਜਰਾਤ ਦਾ ਬਹੁਤ ਅਹਿਮ ਰੋਲ ਰਿਹਾ ਹੈ ਅਗਰ ਗੁਜਰਾਤ ਉਸ ਵਕਤ ਕੋਈ ਇਸ ਤਰ੍ਹਾਂ ਦਾ ਕਿਰਦਾਰ ਅਦਾ ਕਰ ਦਿੰਦਾ ਤੇ ਸ਼ਾਇਦ ਰਣਜੀਤ ਸਿੰਘ ਉਸ ਤਰ੍ਹਾਂ ਅੱਗੇ ਨਾ ਆ ਸਕਦਾ ਜਿਸ ਤਰ੍ਹਾਂ ਉਹ ਆਇਆ ਹੈ ਲੇਕਿਨ ਇਹ ਵੀ ਜ਼ਰੂਰੀ ਸੀ ਬਹਰਲ ਸੋ ਬੇਸ਼ੁਮਾਰ ਚੀਜ਼ਾਂ ਨੇ ਜਿਹੜੀਆਂ ਇਸ ਕਿਤਾਬ ਨੂੰ ਅਸੀਂ ਜਦੋਂ ਪੜਨੇ ਆ ਨਾ ਤੇ ਅੱਛਾ ਮੈਂ ਕਹਿ ਰਿਹਾ ਸੀ ਕਿ ਇਹ ਉਲਟ ਵੀ ਹੋਇਆ ਔਰ ਇਹਦੇ ਉਲਟ ਅਜੀਬੋ ਗਰੀਬ ਹੋਇਆ ਹੈ ਕਿ ਜੀ ਇਹਦੇ ਚ ਕਸ਼ਮੀਰੀ ਲਾਲ ਜ਼ਾਕਿਰ ਦਾ ਨਾਮ ਆਇਆ ਹਰ ਬਸ ਮੁਖੀਆ ਦਾ ਨਾਮ ਪਤਾ ਨਹੀਂ ਉਹਨਾਂ ਦੀ ਡੈਥ ਹੋ ਗਈ ਜਾਂ ਜਿੰਦੇ ਨੇ ਇੰਡੀਆ ਚ ਹੁੰਦੇ ਨੇ ਬਹੁਤ ਅਹਿਮ ਜ਼ਬਾਨ ਤੇ ਉਹਨਾਂ ਦਾ ਕੰਮ ਹੈ ਫਿਰ ਮੁਖ्तार ਮਹਿਸੂਸ ਸਾਹਿਬ ਤੁਸੀਂ ਉਹਨਾਂ ਨੂੰ ਮਿਲੋ ਹੀ ਉਹਨਾਂ ਦੀ ਕਿਤਾਬ ਪੜੋ ਤੇ ਲੱਗਦਾ ਹੈ ਕਿ ਇਹ ਲਖਨਊ ਵਿੱਚ ਹੀ ਹੈ ਜਾਂ ਰਾਮਪੁਰੇ ਵਿੱਚ ਪੈਦਾ ਹੋਏ ਨੇ ਔਰ ਉਹਨਾਂ ਨੇ ਸਾਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਔਰ ਇੱਕ ਵਾਰੀ ਬਹੁਤ ਉਹਨਾਂ ਨੂੰ ਮੱਲ ਲਵੇ ਕਿ ਰਗੜਿਆ ਵੀ ਉਹਨਾਂ ਨੇ ਡਾਕਟਰ ਅਬਦੁਲਸਲਾਮ ਨੇ ਕਿ ਯਾਰ ਮੈਂ ਤੇਰੇ ਵਡਕਿਆਂ ਨੂੰ ਵੀ ਜਾਣਨਾ ਸਾਰਿਆਂ ਨੂੰ ਜਾਣਨਾ ਤੂੰ ਇੰਨਾ ਦੂਸਰੇ ਲਫਜ਼ਾਂ ਵਿੱਚ ਕਹਿਣਾ ਚਾਹੀਦਾ ਕਿ ਉਰਦੂ ਦਾ ਮਾਮਾ ਨਾ ਬਣ ਤੂੰ ਹੈ ਪੰਜਾਬ ਦਾ ਹੀ ਤੇ ਉਹਨਾਂ ਨੇ ਇੱਥੇ ਅਸਲ ਵਿੱਚ ਨਾ ਕੋਈ ਇੱਕ ਐਜੂਕੇਸ਼ਨ ਦਾ ਕੋਈ ਸਿਸਟਮ ਬਣਾਣ ਲੱਗੇ ਸਨ ਤੇ ਉਹਨਾਂ ਨੂੰ ਬੁਲਾਇਆ ਗਿਆ ਔਰ ਜਿਹੜਾ ਉਸ ਜ਼ਮਾਨੇ ਦਾ ਕੋਈ ਸੈਕਟਰੀ ਸੀ ਨਾ ਉਹਨੇ ਕਿਹਾ ਜੀ ਉਸ ਆਪਣਾ ਮੀਟਿੰਗ ਵਿੱਚ ਮੈਂ ਵੀ ਮੌਜੂਦ ਸੀ ਔਰ ਉਹਨਾਂ ਨੇ ਡੇਢ ਦੋ ਘੰਟੇ ਲੈਕਚਰ ਆਪਣਾ ਪੰਜਾਬੀ ਦਿੱਤਾ ਤੇ ਉਸ ਉਹ ਮੇਰੇ ਕੋਲ ਕਟਿੰਗ ਪਈ ਹੈ ਵਸੇ ਉਹਦੀ ਕਹਿੰਦਾ ਜੀ ਅਸੀਂ ਅੰਗਰੇਜ਼ੀ ਵਿੱਚ ਤੇ ਉਰਦੂ ਵਿੱਚ ਹਮੇਸ਼ਾ ਸੁਣਦੇ ਰਹੇ ਚੀਜ਼ਾਂ ਲੇਕਿਨ ਜਿਸ ਤਰ੍ਹਾਂ ਪਾਣੀ ਕਰਕੇ ਉਹ ਡਾਕਟਰ ਅਬਦੁਲਸਲਾਮ ਨੇ ਉਸ ਦਿਨ ਸਾਨੂੰ ਗੱਲਾਂ ਸੁਣਾਈ ਸਿਕਾਇਆਂ ਹੋਰ ਦਸੀਆਂ ਸ਼ਾਇਦ ਕੋਈ ਅੰਗਰੇਜ਼ੀ ਚ ਅਸੀਂ ਪੜਦੇ ਤਾਂ ਨਾ ਪਤਾ ਲੱਗਦਾ ਤੇ ਮੁਖ्तार ਮਹਸੂਸ ਆ ਬਥੇ ਮੌਜੂਦ ਸੋ ਮਤਲਬ ਹੈ ਕਿ ਉਹਨੂੰ ਕਹਿਣਾ ਚਾਹੀਦਾ ਹੈ ਕਿ ਇੱਕ ਰੰਗਾ ਰੰਗੀ ਵੀ ਗੁਜਰਾਤ ਚ ਰਹੀ ਹੈ ਕਿ ਜਿੱਥੇ ਸੋਣੀ ਤੇ ਮਈਵਾਲ ਸਣ ਤੋਂ ਉਹਦੀ ਬਰਜਾਈ ਵੀ ਮੌਜੂਦ ਸੀ ਕਿ ਉਹਨੇ ਕਹਿਆ ਜੀ ਤਾਂ ਮਰ ਮਤਲਬ ਇਹਨੂੰ ਮਰਨਾ ਚਾਹੀਦਾ ਤੇ ਜਿੱਥੇ ਪੰਜਾਬੀ ਰਿਚ ਹੋਰੀ ਸੀ ਔਰ ਪੀਰ ਮੁਹੰਮਦ ਅ ਪੀਰ ਮੁਹੰਮਦ ਮਰਹਮ ਚੱਠਾ ਹੀ ਸੀ ਆਪ ਵੀ ਪੀਰ ਮੁਹੰਮਦ ਚੱਠਾ ਤੇ ਇੱਕ ਕੈਰੈਕਟਰ ਵੀ ਸੀ ਨਾ ਹਾਂਜੀ ਜਿੱਦੀ ਉਹ ਨੂਨਾ ਵਾਲੀ ਦਾ ਜਿਹੜਾ ਸੀ ਉਹ ਨੀਰਾ ਪੀਰ ਮੁਹੰਮਦ ਅੱਛਾ ਫਿਰ ਮੌਲਵੀ ਨੇ ਕਾਲਮ ਬਹੁਤ ਵੱਡੇ ਯਾਨੀ ਸਾਡੇ ਮਜ਼ਬੀ ਸਕਾਲਰ ਵੀ ਸਨ ਔਰ ਉਹਨਾਂ ਨੇ ਕਿਸੇ ਬਹੁਤ ਜ਼ਬਰਦਸਤ ਲਿਖੇ ਸੋ ਇੱਕ ਲੰਮੀ ਲਿਸਟ ਹੈ ਤੇ ਮੈਂ ਵੈਸੇ ਆਪਣੇ ਤੌਰ ਤੇ ਜਦੋਂ ਵੀ ਫਿਲਮ ਮੋਲਾ ਜੱਟ ਵੇਖੀ ਮੈਂ ਚਕੋਰੀ ਦੀ ਵਜ੍ਹਾ ਤੋਂ ਵੇਖੀ ਸੀ ਵਾਹ ਜੀ ਵਾਹ ਕਿਉਂਕਿ ਉਹਦਾ ਜਿਹੜਾ ਕੈਰੈਕਟਰ ਹੈ ਉਹਦੇ 'ਚ ਉਹ ਐਨਾ ਇਸ ਜਨਿਸਦਾਨ ਗਰ ਰਿਚ ਹੈ ਕਿ ਉਹ ਲੱਗਦਾ ਹੈ ਕਿ ਉੱਥੇ ਸੁਲਤਾਨ ਰਾਏ ਵੀ ਔਰ ਮੁਸਤਾਫਾ ਕੁਰੈਸ਼ੀ ਔਰ ਹੋਰ ਕੋਈ ਉਹਦੇ ਸਾਹਮਣੇ ਨਹੀਂ ਖੜਾਉਂਦਾ ਜਿਸ ਤਰ੍ਹਾਂ ਮਾਰਦੀ ਹੈ ਨਾ ਆਪਣੇ ਬੇਰਾਨਾ ਔਰ ਵੀ ਹਾਂ ਤੇ 101 ਇੱਕ ਬਹੁਤ ਅਹਿਮ ਕਿਤਾਬ ਹੈ ਕਲਰੂਈ ਸਾਹਿਬ ਜਿਹੜਾ ਨਾ ਹਮੇਸ਼ਾ ਬਹੁਤ ਅਹਿਮ ਕੰਮ ਕਰਦੇ ਨੇ ਤੇ ਮੇਰਾ ਖਿਆਲ ਹੈ ਕਿ ਬਾਜ਼ ਚੀਜ਼ਾਂ ਹੁੰਦੀਆਂ ਨੇ ਬਾਜ਼ ਰਾਈਟਰ ਜਿਹੜੇ ਹੁੰਦੇ ਨੇ ਨਾ ਤਾਰੀਖ ਲਿਖਣ ਵਾਲੇ ਉਹ ਬਹੁਤ ਉੱਚੇ اور अहमਨਾ اور अहम ठाਵਾਂ ਨੂੰ کوشش ਕਰਦੇ ਨੇ ਲੇਕਿਨ ਤਾਰੀਖ ਜਿਹੜੀ ਇੱਕ ਹੁੰਦੀ ਹੈ ਨਾ ਉਹ ਹੁੰਦੀ ਹੈ ਲੋਕਾਂ ਦੀ ਤਾਰੀਖ ਔਰ ਉਹ ਤਾਰੀਖ ਜਿੱਦਾਂ ਹੁਣੇ ਫारੂਖ ਸਾਹਿਬ ਨੇ ਵੀ ਗੱਲ ਕੀਤੀ ਕਿ ਜਿਹੜੀ ਜਿਹੜੇ ਹੁਕਮਰਾਨ ਲਿਖਵਾਉਂਦੇ ਨੇ ਉਹ ਤਾਰੀਖ ਨਹੀਂ ਹੁੰਦੀ ਇੱਕ ਪੈਰਲਲ ਜਿਹੜੀ ਚੱਲੀ ਹੁੰਦੀ ਹੈ ਰੀਅਲ ਔਰ ਐਕਚੁਅਲ ਜਿਹੜੀ ਤਾਰੀਖ ਹੁੰਦੀ ਸੋ ਇਸ ਕਿਤਾਬ ਦੇ ਵਿੱਚ ਸਾਨੂੰ ਉਹ ਵੀ ਚੀਜ਼ਾਂ ਮਿਲੀਆਂ ਨੇ ਤੇ ਮੈਂ ਸ਼ੁਕਰੀਆ ਵੀ ਅਦਾ ਕਰਾਂਗਾ ਯਾਨੀ WhatsApp ਦਾ ਵੀ ਔਰ ਦੋਸਤਾਂ ਦਾ ਗੁੰਮਣ ਸਾਹਿਬ ਦਾ ਵੀ ਕਿ ਇਹਨਾਂ ਨੇ ਇਹਨਾਂ ਇੱਕ ਅਹਿਮ ਜਿਹੜਾ ਇਹ ਕਿਤਾਬ ਦੇ حوالے ਨਾਲ ਤਕਰੀਬ ਰੱਖੀ ਔਰ ਮੈਨੂੰ ਵੀ ਉੱਥੇ ਸ਼ਾਮਿਲ ਹੋ ਕੇ ਤੇ ਗੱਲ ਕਰਨ ਦਾ ਮੌਕਾ ਮਿਲਿਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਜ਼ਾਹਦ ਸਾਡੇ ਇੱਕ ਦਾਨਿਸ਼ਵਰ ਔਰ ਜਰਨਲਿਸਟ ਨੇ ਉਹ ਕੁਦਰਸੇ ਤੋਂ ਬਿਵਜਾ ਬਿਮਾਰੀ ਲੋਰੋਂ ਬਾਹਰ ਸਨ ਅੱਜ ਇਸ ਟੈਕਰੀਪ ਵਿੱਚ ਹੁਕਮ ਸੰਦੀ ਗੋਟ ਜਿਫਲਾ ਮੇਰੇ ਮੁਰਾਦ ਮੀਆਂ ਆਸਫ ਪੰਜਾਬੀ ਤੋਂ ਐ ਤੇ ਮੈਂ ਉਹਨਾਂ ਦੀ ਸੇਧ ਜੀ ਆਬੀ ਅਸੇ ਦੁਆ ਗੋ ਤੇ ਮੈਂ ਸਮਝਦਾ ਕਿਤਾਬ ਤੇ ਸ਼ਾਇਦ ਲੰਮੀ ਗੱਲ ਨਾ ਕਰ ਸਕਣ ਲੇਕਿਨ ਚੰਦਨ ਮੇ ਆ ਕੇ ਤਸਿਲ ਮੁਬਾਰਕਬਾਦ ਪੇਸ਼ ਕਰਦੈਨ ਕਾਲਰ ਵੀ ਸਾਹਿਬ ਨੂੰ ਜਨਾਬੇ ਮੀਆਂ ਆਸਫ ਪੰਜਾਬੀ بسم اللہ الرحمن الرحیم افتخار ਵੜਾਇਆ ਕਲਰਵੀ ਸਾਹਿਬ ਦੀ ਕਿਤਾਬ ਤੇ ਤੇ ਗੱਲ ਬੜੀ ਲੰਮੀ ਚੌੜੀ ਫਾਰੂਕ ਸਾਹਿਬ ਨਹੀਂ ਕਰ ਦਿੱਤੀ ਮੇਰਾ ਖਿਆਲ ਕਿਤਾਬ ਤੇ ਗੱਲ ਕਰਨ ਦੀ ਤੇ ਏਡੀ ਗੁੰਜਾਇਸ਼ ਰਹੀ ਨਹੀਂ ਕਲਰਵੀ ਸਾਹਿਬ ਦੇ ਨਾਲ ਜਦੋਂ ਮੇਰਾ ਤਾਰਫ ਹੋਇਆ ਬਲਕਿ ਮੇਰਾ ਤਾਰਫ ਘਮਣ ਸਾਹਿਬ ਦੀ ਵਜ੍ਹਾ ਤੋਂ ਹੋਇਆ ਕਿ ਸੈਮੀਨਾਰ ਰੱਖਿਆ ਤੋਂ ਲੈ ਕੇ ਆਏ ਤੇ ਸਾਨੂੰ ਪਤਾ ਲੱਗਿਆ ਕਿ ਗੁਜਰਾਤ ਦੇ ਵਿੱਚ ਪਹਿਲੇ ਇੱਕ ਹੋਰ ਦੋ ਸਾਡੇ ਅਲੀ ਅਹਿਮਦ ਗੁਜਰਾਤੀ ਦਾ ਸਾਨੂੰ ਪਤਾ ਸੀ ਕਿ ਉਹ ਬੜਾ ਐਕਟਿਵਿਸਟ ਪਰ ਜਦੋਂ ਕਲਰਵੀ ਸਾਹਿਬ ਨੂੰ ਅਸੀਂ ਦੇਖਿਆ ਤੇ ਇਹਨਾਂ ਦਾ ਜੋਸ਼ ਖਤਾਬਤ ਦੇਖਿਆ ਜਦੋਂ ਅੰਦਾਜ਼ਾ ਹੋਇਆ ਕਿ ਗੁਜਰਾਤ ਦੇ ਵਿੱਚ ਵਾਕਈ ਬੜੇ ਵੱਡੇ ਐਕਟਿਵਿਸਟ ਮੌਜੂਦ ਆ ਔਰ ਪੰਜਾਬੀ ਦੇ ਹਵਾਲੇ ਨਾਲ ਇਫਤਖਾਰ ਵੜਾਇਚ ਕਲਰ ਵੀ ਸਾਹਿਬ ਦਾ ਬੜਾ ਖਾਸ ਕਰ ਜਦੋਂ ਵੀ ਆਂਦੇ ਆ ਤੇ ਬੋਲਦੇ ਆ ਇੱਕ ਵਾਰੀ ਤੇ ਅੱਛਾ ਜਦੋਂ ਆਂਦੇ ਆ ਨਾ ਤੇ ਉਦੋਂ ਨਹੀਂ ਲੱਗਦਾ ਕਿ ਕੋਈ ਨਾ ਨੇ ਐਡਾ ਦਬੰਗ ਖਤਾ ਫਰਮਣਾ ਪਰ ਜਦੋਂ ਫਿਰ ਆ ਕੇ ਖੜੇ ਹੁੰਦੇ ਆ ਮਾਈਕ ਤੇ ਤੇ ਪਤਾ ਲੱਗਦਾ ਕਿ ਕੋਈ ਬੋਲ ਰਿਹਾ ਬਹਰਾਲ ਇਹਨਾਂ ਦੀ ਜਿਹੜੀ ਪੰਜਾਬੀਅਤ ਦੇ ਨਾਲ ਮੁਹੱਬਤ ਆ ਉਹ ਸਲਾਮਤ ਰਵੇ ਔਰ ਖਾਸ ਕਰ ਜਿੰਨਾ ਐਕਟਿਵਿਟੀ ਔਰ ਜਿੰਨਾ ਕੰਮ ਕਰ ਰਹੇ ਆ ਉਹ ਇੱਕ ਬੜਾ ਅਸਲਾਨ ਜੋਗ ਆ ਤੇ ਨਾਲ ਦੀ ਨਾਲ ਕਿਤਾਬ ਤੇ ਆਈ ਇੱਕ ਪਹਿਲੀ ਕਿਤਾਬ ਸੀਗੀ ਇਹ ਦੂਸਰੀ ਕਿਤਾਬ ਆਈ ਹੈ ਤੀਸਰੀ ਅਚੇ ਇਹ ਤੀਸਰੀ ਹੈ ਕਿਉਂਕਿ ਪਹਿਲੀ ਮੇਰੇ ਕੋਲ ਹੈ ਸੀ ਉਹ ਵੀ ਗੁਜਰਾਤ ਦੇ ਬਾਰੇ ਚੀ ਸੀ ਤੇ ਇਹ ਹੁਣ ਮੇਰੇ ਕੋਲ ਸ਼ਖਸੀਅਤ ਦੇ ਬਾਰੇ ਚ ਤੋ ਹੱਲ ਮੈਨੂੰ ਮਿਲ ਨਹੀਂ ਸਕਿਆ ਪਰ ਜਿੰਨੀਆਂ ਸ਼ਖਸੀਅਤ ਦੇ ਨਾਮ ਸੁਣੇ ਮੈਂ ਵੀ ਹੈਰਾਨ ਹੋਇਆ ਕਾਫੀ ਸਾਰੇ ਖਾਸ ਕਰਕੇ ਨਜਾਬਤ ਅੱਲਾ ਜਿਹੜਾ ਵਾ ਨਜਾਬਤ ਦੇ ਬਾਰੇ ਚ ਮੇਰਾ ذاتی ਖਿਆਲ ਹੈ ਸੀਗਾ ਕਿ ਉਹ ਦੂਸਰੇ ਪਾਸੇ ਦਾ ਸੀ ਪਰ ਉਹ ਬੜਾ ਇੱਕ ਤੇ ਬਹਰ ਬੜੀ ਅੱਛੀ ਗੱਲ ਆ ਹੁਣ ਮੈਂ ਕਿਤਾਬ ਇਸ ਤੋਂ ਬਾਅਦ ਪੜਾਂਗਾ ਕਾਲਰਵੀ ਸਾਬ ਤੇ ਇਨਸ਼ਾਅੱਲਾ ਇਹਦੇ ਉੱਤੇ ਫਿਰ ਇਹਦੇ ਉੱਤੇ ਬਾਕਾਇਦਾ ਇੱਕ ਮੈਂ ਇੱਕ ਟਕਸਰਾ ਲਿਖ ਕੇ ਤੇ ਇਨਸ਼ਾਅੱਲਾ ਤੁਹਾਨੂੰ ਭੇਜਾਂਗੇ ਵੀ ਤੇ ਮਦਸਰ ਬੱਟ ਸਾਬ ਨੇ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਅੱਗੇ ਵੀ ਜਿਹਦੀ ਵੀ ਆਈ ਹੈ ਚੀਜ਼ ਜਿਹੜਾ ਵੀ ਬੰਦਾ ਆਇਆ ਔਰ ਇਹ ਇੱਕ ਵੱਡੀ ਗੱਲ ਆ ਇਹ ਮੇਰਾ ਖਿਆਲ ਹੁਣ 100 ਤੇ ਕਿੰਨਵਾ ਪ੍ਰੋਗਰਾਮ ਹੋ ਰਿਹਾ 200 200 ਪੂਰੇ ਹੋ ਗਏ ਦੇਖੋ ਡਬਲ ਸੈਂਚਰੀ ਤੇ ਯਾਨੀ ਇਹਨਾਂ ਨੇ ਕਿਸੇ ਵੀ ਦੋਸਤ ਨੂੰ ਏ ਨਹੀਂ ਮਹਿਸੂਸ ਹੋਣ ਦਿੱਤਾ ਕਿ ਕਿਸੇ ਦੀ ਕੋਈ ਚੀਜ਼ ਆਈ ਆ ਤੇ ਉਹਦੀ ਸਲਾਤਾ ਨਾ ਕੀਤੀ ਗਈ ਹੋਵੇ ਨਾ ਸਿਰਫ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਬਲਕਿ ਉਹਨਾਂ ਨੂੰ ਡਿਊ ਰਿਸਪੈਕਟ ਵੀ ਜਿਹੜੀ ਆ ਦਿੱਤੀ ਔਰ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਆ ਤੇ ਅੱਲਾਹ ਕਰੇ ਇਹ سلسلہ ਐਵੇਂ ਅਗੇ ਚੱਲਦਾ ਰਹੇ ਤੇ ਅਸੀਂ ਵੀ ਇਨਸ਼ਾਅੱਲਾ ਉਹਦੇ ਵਿੱਚ ਅੰਦਰ ਇਹ ਮੈਨੂੰ ਆਉਣ ਤੇ ਤਖੀਰ ਸਿਰਫ ਇਸ وجہ ਤੋਂ ਹੋ ਗਈ ਕਿ ਮੈਂ ਖੋਰ ਹਸਪੀਟਲ ਗਿਆ ਹੋਇਆ ਸੀਗਾ ਉੱਥੋਂ ਆਂਦੇ ਹੋਏ ਤੇ ਫਿਰ ਮੈਂ ਗਿਆ ਬਹੁਤ ਸ਼ੁਕਰੀਆ ਸਰ ਬਾਦਸ਼ਾਹ ਬਹੁਤ ਸ਼ੁਕਰੀਆ ਸਰ ਅਸਲਾਮ لو شکریہ میہاسب ਸਾਡੇ ਕੋਲ ਇੱਕ ਨੌਜਵਾਨ ਬਜ਼ੁਰਗ ਮੌਜੂਦ ਨੇ ਨਾਮ ਉਹਨਾਂ ਦਾ ਮੁਸਤਾਕ ਕਮਰ ਅੱਛਾ ਲਿਖਦੇ ਨੇ ਅੱਛਾ ਪੜ੍ਹਦੇ ਨੇ ਮਚਾ ਮਗਾ تصیف یوں ਤੇ ਕਿਤਾਬ اور صاحب کتاب ਦੇ ਬਾਰੇ ਆਪਣੀਆਂ गुजारिशਾਂ ਪੇਸ਼ ਕਰਨ ਜਨਾਬ ਮੁਸਤਾਕ ਕਮਰ ਸਾਹਿਬ ਅਸਲਾਮੁਅਲੈਕਮ ਸਾਰੇ ਸੱਜਣ ਮਿੱਤਰਾਨੋ ਸਭ ਤੋਂ ਪਹਿਲੇ ਤੇ ਜੀ ਕਾਲਵੀ ਸਾਹਿਬ ਨੂੰ ਤੇ ਟੂ ਟੂ ਮੁਬਾਰਕ ਹੋਵੇ ਤੇ ਦੂਸਰੀ ਸਾਰੀਆਂ ਗੱਲਾਂ ਆਸੂ ਸਾਹਿਬ ਨੇ ਤੇ ਬੜੀ ਖਿਲਾਰ ਕੇ ਗੱਲ ਕਰਤੀ ਫਰੂਕ ਸਾਹਿਬ ਨੇ ਅਸੀਂ ਤਾਂ ਹੁਣ ਸਿਰਫ ਫੋਟੋ ਬਣਾਣੀ ਆਏ ਤੇ ਗੱਲ ਅਸੀਂ ਥੱਲੇ ਵੀ ਕਰ ਰਹੇ ਸੀ ਕਿ ਹੁਣ ਜ਼ਮਾਨਾ ਜਿਹੜਾ ਨਾ ਜੀ ਉਹ ਸੋਸ਼ਲ ਮੀਡੀਆ ਥੱਕਾ ਗਿਆ ਅਸੀਂ ਸਾਡੇ ਕੋਲ ਜਿਹੜੀ ਨਾ ਜੀ ਇਤਲਾਫ ਮੌਜੂਦ ਨੇ ਖਬਰਾਂ ਮੌਜੂਦ ਨੇ ਤਾਰੀਖ ਮੌਜੂਦ ਨਹੀਂ ਗਈ ਤੇ ਲਿਆਦਾ ਅਸੀਂ ਅਗਰ ਦੇਖੀਏ ਤੇ ਸਾਨੂੰ ਤੀਸਰੀ ਪੀੜੀ ਦਾ ਆਪਣੀ ਦਾ ਨਹੀਂ ਪਤਾ ਅਸੀਂ ਇੰਨੇ ਕਿ ਜਿਹੜੇ ਨਾ ਉਹ ਜਾਣਕਾਰ ਲੋਕ ਹੋ ਗਏ ਆ ਅਸੀਂ ਆਪਣੇ ਨਹੀਂ ਕਿ ਜਿਹੜੀ ਜਿਸ ਪੀੜੀ ਚ ਅਸੀਂ ਜੰਮੇ ਪਲੇ ਆ ਜਿਸ ਘਰ ਚ ਰਹਿਨੇ ਆ ਸਾਨੂੰ ਕੋਈ ਵੱਡਕਾ ਆ ਕੇ ਪੁੱਛ ਲਵੇ ਵੀ ਤੁਹਾਡੇ ਪੜਦਾਦੇ ਦਾ ਨਾਂ ਕੀ ਸੀ ਤੇ ਸਾਡੀ ਜ਼ੁਬਾਨ ਚੁੱਪ ਹੋ ਜਾਂਦੀ ਤੇ ਲਿਆਦਾ ਇਹ ਕੋਈ ਅੱਛੀ ਗੱਲ ਨਹੀਂ ਗਈ ਤੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਜਿੱਥੇ ਵਸਨੇ ਆ ਜਿੱਥੇ ਰਹਨੇ ਆ ਸਾਡਾ ਉਥੇ ਪਛੋਕੜ ਕੀ ਏ ਸਾਡਾ ਆਲਦਵਾਲ ਜਿਹੜੇ ਲੋਡ ਲੈਣ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਦੇ ਨੇ ਤੇ ਸਾਡੀ ਇੱਥੇ ਦੀ ਰਵਾਇਤ ਕੀ ਨੇ ਸਾਡੇ ਇੱਥੇ ਦੇ ਜਿਹੜੇ ਨਾ ਸਾਡੇ ਪੰਜਾਬ ਦੇ ਖਾਣੇ ਕੀ ਸਨ ਸਾਡਾ ਲਿਬਾਸ ਕੀ ਸੀ ਅਸੀਂ ਮੇਰਾ ਖਿਆਲ ਹੈ ਕਿ ਅਸੀਂ ਦੇਖੀਏ ਤੇ ਅਸੀਂ ਹਰ ਚੀਜ਼ ਤੋਂ ਜਿਹੜਾ ਨਾ ਜੀ ਅਸੀਂ ਜਿਹਨਾਂ ਵਾਗਫਲ ਹੋ ਗਏ ਆ ਭੁੱਲ ਗਏ ਆ ਔਰ ਭੁੱਲਦੇ ਜਾ ਰਹੇ ਆ مزید ਭੁੱਲਦੇ ਜਾ ਰਹੇ ਆ ਤੇ ਇਹ ਕਲ ਵੀ ਸਾਬ ਨੂੰ ਬਹੁਤ ਅੱਛਾ ਕਦਮ ਹੈ ਤੇ ਜਿਹੜਾ ਇਹਨਾਂ ਨੇ ਚੁੱਕਿਆ ਇਹ ਵਾਕਈ ਗੱਲ ਹੈ ਸੀ ਕਿ ਇਹ ਸਾਰੇ ਦਾ ਸਾਰਾ ਜਿਹੜਾ ਅਸੀਂ ਜਦੋਂ ਵੇਖਦੇ ਆ ਤਾਰੀਖ ਤੇ ਗੱਲ ਕਰਨੇ ਆ ਤੇ ਉਹ ਬਾਦਸ਼ਾਹਾਂਵਾਂ ਦੀ ਤਾਰੀਖਾਂ ਹੀ ਸਾਨੂੰ ਮਿਲਦੀਆਂ ਨੇ ਪੂਰੇ ਖਿੱਤੇ 'ਚ ਬਰਨ ਸਗੀਰ ਦੇ ਵਿੱਚ ਔਰ ਵਾਹਿਦ ਪੰਜਾਬ ਹੈ ਕਿ ਪੰਜਾਬ ਦੀ ਤਾਰੀਖ ਜਿਹੜੀ ਨਾ ਉਹ ਕਿਸੇ ਨੇ ਨਹੀਂ ਲਿਖੀ ਅਗਰ ਮੈਂ ਮੇਰੀ ਹੋਂਸੇ 'ਚ ਮੈਂ ਵੇਖਿਆ ਕਿ ਅਗਰ ਤਾਰੀਖ ਤੇ ਕੋਈ ਕੰਮ ਹੋਇਆ ਤੇ ਉਹ ਆਸਫ ਖਾਨ ਸਾਹਿਬ ਨੇ ਕੀਤਾ ਉਸ ਜਿਲ੍ਹਿਆਂ ਦੇ ਸਤਾ ਤੋਂ ਉਹਨੇ ਸ਼ੁਰੂ ਕੀਤਾ ਕੰਮ ਤੇ ਉਹਨੇ ਜ਼ਿਲ੍ਹਿਆਂ ਉੱਤੇ ਆ ਕੇ ਬੜੇ ਕੰਮ ਕਰਵਾਏ ਔਰ ਉਹਦੇ ਵਿੱਚ ਜ਼ਾਹਦ ਹਸਨ ਸਾਹਿਬ ਨੂੰ ਉਹ ਅੱਛਾ ਜ਼ਿਆਦਾ ਪਤਾ ਕਿ ਉਹਨਾਂ ਲੋਕਾਂ ਨੇ ਉਹਦੇ ਵਿੱਚ ਕਿਸੇ ਸਰਕਾਰੀ ਦਰਬਾਰੇ ਜਿਹੜੀ ਨਾ ਉਹ ਮਰਾਤ ਨਹੀਂ ਲਈਆਂ ਔਰ ਉਹਨਾਂ ਨੇ ਆਪਣੇ ਤੌਰ ਤੇ ਕੰਮ ਕੀਤੇ ਜਿਨਾਂ ਲੋਕਾਂ ਨੇ ਵੀ ਕੀਤੇ ਔਰ ਇਹ ਮੈਨੂੰ ਹੁਣ ਲੱਗਦਾ ਇੰਜ ਹੈ ਕਿ ਇੱਕ ਜਿਹੜਾ ਨਾ ਅਸੀਂ ਜਿਹੜੀ ਨਾ ਪਹਿਲਾਂ ਇੱਥੇ ਰੱਖ ਦਿੱਤੀ ਹੈ ਵਾਟ ਸਾਹਿਬ ਨੇ ਤਾਰੀਖ ਦੇ ਉੱਤੇ ਵੀ ਤੇ ਇੱਥੇ ਹੁਣ ਜਿਹੜਾ ਨਾ ਪੰਜਾਬ ਦੀ ਜਿਹੜੀ ਨਾ ਸਾਨੂੰ ਤਾਰੀਖ ਦੇ ਜਿਹੜਾ ਨਾ ਉਹ ਨਜ਼ਰ ਆਣਗੇ مختلف ਜੁੱਤੀ ਤੇ ਕੁਜ਼ਿਲੇ ਨੇ ਕੋਈ ਤਹਿਸੀਲਾਂ ਨੇ ਜਿੱਥੇ ਵੀ ਕੰਮ ਹੈ ਅੱਛਾ ਇੱਕ ਚੀਜ਼ ਹੋਰ ਜਿਹੜੀ ਨਾ ਉਹ ਬੜੀ ਅਫਸੋਸ ਵਾਲੀ ਗੱਲ ਇਹ ਹੈ ਕਿ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਤਾਰੀਖ ਜਿਹੜੀ ਹੈ ਨਾ ਜੀ ਉਹ ਸਾਨੂੰ ਕੁਝ ਲੈਹ ਜਾਂਦੇ ਵਿੱਚ ਪਿਆ ਕੇ ਔਰ ਕੁਝ ਜਿਹੜਾ ਨਾ ਸਾਡੇ ਰਸਮੁਲ ਖਤ ਵਿੱਚ ਲਿਆ ਕੇ ਔਰ ਸਾਨੂੰ ਨਾ ਉਸੋ ਕਿੜਿਆ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਕਿ ਇੱਥੇ ਤੁਹਾਡਾ ਪੰਜਾਬ ਖਤਮ ਹੋ ਜਾਂਦਾ ਤੁਹਾਡਾ ਇੱਥੇ ਪੰਜਾਬ ਦੀ ਹੱਦ ਖਤਮ ਹੋ ਜਾਂਦੀ ਹੈ ਹਾਲਾਂਕਿ ਇਸ ਤਰ੍ਹਾਂ ਨਹੀਂ ਹੈ ਅਗਰ ਅਸੀਂ ਅਗਰ ਅਸੀਂ ਇਹਨਾਂ ਨੂੰ ਲੈਜਾਂ ਦੇ ਵਿੱਚ ਤਕਸੀਮ ਕਰਦੇ ਜਾਵਾਂਗੇ ਤੇ ਸਾਡੇ ਘਰ ਛੋਟੇ ਹੁੰਦੇ ਜਾਣਗੇ ਤੇ ਇਹ ਇਹ ਸਾਜ਼ਿਸ਼ੀ ਸਾਰੀਆਂ ਗੱਲਾਂ ਨੇ ਸਾਨੂੰ ਇਹਨਾਂ ਦੇ ਉੱਤੇ ਵੀ ਨਜ਼ਰ ਰੱਖਣੀ ਚਾਹੀਦੀ ਏ ਔਰ ਪੰਜਾਬ ਦੀ ਖਾਸ ਕਰ ਜਿਹੜੀ ਤਾਰੀਖ ਹੈ ਉਹਦੇ ਉੱਤੇ ਤੇ ਜ਼ਰੂਰੀ ਕੰਮ ਹੈਗਾ ਕਿਉਂਕਿ ਅਸੀਂ ਮੇਰਾ ਜ਼ਿਲ੍ਹਾ ਬਹਾਵਨ ਨਰ ਦਾ ਤਲਕ ਹੈ ਔਰ ਮੈਂ ਜਦੋਂ ਵੇਖਣਾ ਕਿ ਸਾਨੂੰ ਉਹਦੇ ਵਿੱਚ ਸਾਨੂੰ ਅਗਰ ਕੋਈ ਤਾਰੀਖੀ ਗੱਲ ਨਜ਼ਰ ਆਉਂਦੀ ਏ ਤੇ ਉਹ ਰਸ਼ੀਦਉজ্জামান ਸਾਹਿਬ ਤੋਂ ਸਾਨੂੰ ਕੁਝ ਚੀਜ਼ਾਂ ਦਾ ਪਤਾ ਚੱਲਦਾ ਹੈ ਫਿਰ ਸਾਨੂੰ ਫਜ਼ਲ ਫਿਜ਼ੀ ਲਾਲੇ ਕਾਨ ਨੇ ਆਪਣੇ ਤੌਰ ਤੇ ਕੰਮ ਕੀਤਾ ਉਹਨਾਂ ਦੀ ਆਪਣੀ ਲਾਇਬ੍ਰੇਰੀ ਉਹਨਾਂ ਨੇ ਬਣਾਈ ਆਪਣੇ ਤੌਰ ਤੇ ਜਿੱਥੇ ਜਿੱਥੇ ਪਤਾ ਚਲਦਾ ਗਿਆ ਉਹਨਾਂ ਨੂੰ ਕਿਤਾਬਾਂ ਵੀ ਖਰੀਦੀਆਂ ਔਰ ਉਹਨਾਂ ਲੋਕਾਂ ਨੂੰ ਜਿਹੜੇ ਨਾ ਜੋੜਦੇ ਗਏ ਫਿਰ ਪੀਰ ਅਜਮਲ ਚਿਸ਼ਤੀ ਸਾਹਿਬ ਨੇ ਉਹਨਾਂ ਨੇ ਥੋੜਾ ਜਿਹਾ ਉਹ ਮੇਰੇ ਚਿਸ਼ਤੀਆਂ ਦੇ ਹਵਾਲੇ ਨਾਲ ਉਹਨਾਂ ਨੇ ਕੋਈ ਕੰਮ ਕੀਤਾ ਤੇ ਇਜਾਦ ਮਾਰਵੀ ਸਾਹਿਬ ਨੇ ਉਹਨਾਂ ਨੇ ਖੈਰ ਸਫਰਨਾਮੇ ਦੇ ਵਿੱਚ ਆਪਣਾ ਕੋਈ ਕੰਮ ਕੀਤਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਜਿਹੜੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ ਸਿਰਫ ਵਜਾ ਇਹ ਕਿ ਉਹਨਾਂ ਨੂੰ ਅਸੀਂ ਕਿਸੇ ਇਹ ਕਿਸੇ ਨਾ ਹਾਰ ਤੇ ਪਰੋਣ ਦੀ ਗੱਲ ਐ ਸਾਨੂੰ ਇਕੱਠਿਆ ਕਰਨ ਦੀ ਜਰੂਰਤ ਐ ਉਹ ਤਾਂ ਜੇ ਕਿ ਅਸੀਂ ਇੱਕ ਇਹ ਜਿਹੜੀ ਦਾ ਸੂਚੀ ਤੇ ਜਿਹੜੀ ਨਾ ਸਹੀ ਜਿਹੜੀ ਤਾਰੀਖ ਨਾ ਉਹ ਅਸੀਂ ਲਿਖ ਸਕੀਏ ਤੇ ਅਸੀਂ ਜਣਾ ਜ਼ਰੂਰੀ ਨਹੀਂ ਕਿ ਅਸੀਂ ਸਾਰਾ ਪਾਰ ਕਾਲੀ ਸਾਬਤੇ ਪਾਈਏ ਇਹ ਸਾਰਿਆਂ ਨੂੰ ਆਪਣੇ ਦੀਵਾ ਬਾਲਣਾ ਪੈਗਾ ਆਪਣੇ ਆਪਣੇ ਸੇ ਦਾ ਕੰਮ ਕਰਨਾ ਪੈਗਾ ਤੇ ਗੁਜਰਾਤ ਵੱਲ ਜਦੋਂ ਵੇਖਨੇ ਆ ਤਾਂ ਸਾਨੂੰ ਪੀਰ ਫਜ਼ਲ ਗੁਜਰਤੀ ਤੇ ਜਾਂ ਸ਼ਾਸਤ ਚ ਜਾਈਏ ਤਾਂ ਸਾਨੂੰ ਚੌਧਰੀ ਸ਼ਜਾਦ ਤੋਂ ਅੱਗੇ ਗੁਜਰਾਤ ਨਜ਼ਰ ਨਹੀਂ ਆਉਂਦਾ ਜਿਹੜੇ ਲੋਕ ਟੀਵੀ ਵੇਖਦੇ ਨੇ ਜਾਂ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਨੇ ਉਹ ਸਮਝਦੇ ਨੇ ਕਿ ਸ਼ਾਇਦ ਜਿਹੜਾ ਨਾ ਇਹ ਗੁਜਰਾਤ ਇਹਨਾਂ ਦਾ ਹੀ ਹੈ ਗੁਜਰਾਤੀਆਂ ਦਾ ਜਦਕਿ ਇਹ ਦੇ ਵਿੱਚ ਬਹੁਤ ਬੜੇ ਬੜੇ ਫਨਕਾਰ ਬੜਾ ਬਹੁਤ ਬੜੇ ਐਸਟੈਬਲਿਸ਼ਮੈਂਟ ਦੇ ਲੋਕ ਵੀ ਆਏ ਸਦੀਕ ਸਾਲਕ ਜਿਹਾ ਲੋਕ ਉੱਥੇ ਰਹੇ ਮਿਰਜ਼ਾ ਰੀਜ਼ ਪੱਟੀ ਵੀ ਉਹ ਉਸ ਉਸ ਇਲਾਕੇ ਦਾ ਸੀ ਸ਼ਬੀਰ ਸ਼ਹੀਦ ਸੇ ਉੱਥੇ ਦੇ ਸਨ ਤੇ ལਿਆਦਾ ਚੀਜ਼ ਇਹ ਵੇ ਕਿ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਔਰ ਜਿਨ੍ਹਾਂ ਲੋਕਾਂ ਨੇ ਆਪਣੀ ਜਾਨਾਂ ਵੀ ਦਿੱਤੀਆਂ ਨੇ ਔਰ ਉਹਨਾਂ ਨੂੰ ਭਾਵੇਂ ਪੰਜਾਬ ਹਾਊਸ ਸਲਾਵੇ ਜਾਂ ਕੁਝ ਹੋਰ ਸਟੇਟ ਸਲਾਇਆ ਜਾਵੇ ਉਹਨਾਂ ਨੂੰ ਨਾ ਮਾਨ ਦੇਣਾ ਚਾਹੀਦਾ ਔਰ ਔਰ ਇਹ ਕੰਮ ਜਿਹੜਾ ਨਾ ਮੈਨੂੰ ਲੱਗਦਾ ਹੈ ਕਿ WhatsApp ਜਿਹੜਾ ਨਾ ਇਹ ਬਾਕੀ ਕੰਮ ਵੀ ਜਿਹੜਾ ਨਾ ਇਸ਼ਾਰੀ ਤੇ ਉੱਟ ਕੇ ਵੀ ਤਰੀਕ ਤੇ ਵੀ ਸੋਨ ਕੰਮ ਵੱਲ ਜਾਵਾਂਗੇ ਤੇ ਇੱਕ ਦਫਾ ਫੇਰ ਕਾਲ ਵੀ ਸਭ ਤੁਹਾਨੂੰ ਬਹੁਤ ਸਾਰੀ ਦੁਆਵਾਂ ਤੇ ਬਹੁਤ ਸਾਰਾ ਪਿਆਰ ਸਾਰੇ ਦੋਸਤਾਂ ਦੋਸਤ ਜੀ ਅਸੀਂ ਇਹ ਇਤਹਾਮ ਵੱਲ ਪਹੁੰਚ ਗਿਆ ਹੁਣ ਸਾਹਿਬੇ ਤਕਰੀਬ ਨੇ ਤੇ ਸਾਹਿਬੇ ਸਦਰ ਨੇ ਇਹ ਨਦੀਮ ਸਰ ਫੈਸਲਾ ਕਰਨਗੇ ਕਿ ਸਾਹਿਬੇ ਸਦਰ ਨੂੰ ਪਹਿਲਾਂ ਸੁਣਨਾ ਹੈ ਜਾਂ ਸਾਹਿਬੇ ਤਕਰੀਬ ਨੂੰ ਪਹਿਲਾਂ ਸੁਣਨਾ ਸਦਰ ਤੇ ਆਖਰ ਤੇ ਸਮਝਿਆ ਝੋੜਦਾ ਹੈ ਠੀਕ ਇਹਦਾ ਇਹਦਾ ਮੈਂ ਸਾਹਿਬੇ ਕਿਤਾਬ ਨੂੰ ਸੁਣ ਲੇਗੀ ਜੀ ਮੈਂ ਬੜੇ ਇਤਰਾਮ ਨਾਲ ਗੁਜ਼ਾਰਿਸ਼ ਕਰਾਂਗਾ ਇਫਤਿਹਾਰ ਫਰੇਡ ਕਾਲਵੀ ਸਾਹਿਬ ਨੂੰ ਤਸ਼ੀਫ ਲਿਓਨ ਤੇ ਆਪਣੀ ਗੁਫ਼ਤਗੂ ਤੋਂ ਸਨਵਾਜ਼ਨ ਜਨਾਬ ਇਫਤਿਹਾਰ ਬੜਾ ਹੈ ਸਾਹਿਬ ਅਸਲਾਮੁਆਲੇਕਮ ਜੇ ਬੱਟ ਸਾਹਿਬ ਦਾ ਤੇ ਕੁਮਨ ਸਾਹਿਬ ਦਾ ਬੜਾ ਪਿਆਰ ਏ ਉਹਨਾਂ ਦੀ ਬੜੀ ਜਦੋਜਹਿਦ ਏ ਉਹਨਾਂ ਦਾ ਬੜਾ ਸੰਘਰਸ਼ ਏ ਤੇ ਫਿਰ ਉਹਨਾਂ ਦੀ ਜਿਹੜੀ ਵਰਕਰਾਂ ਦੇ ਨਾਲ ਮਤਲਬ ਹੈ ਕਿ ਕਮਿਟਮੈਂਟ ਏ ਜਾਂ ਉਹਨਾਂ ਦੀ ਪਿਆਲੀ ਏ ਇਹਦੀ ਮਿਸਾਲ ਮਤਲਬ ਹੈ ਕਿ ਮੈਨੂੰ ਕਿਸੇ ਹੋਰ ਤਹਿਰੀਕ ਦੇ ਵਿੱਚ ਨਜ਼ਰੀ ਨਹੀਂ ਪਈ ਤੇ ਕਿਤਾਬ ਤੇ ਚਲੋ ਜਿਕਨ ਦੀ ਵੀ ਹੈ ਵੇ ਮੇਰਾ ਇਹ ਸ਼ੌਕ ਸੀ ਕਿ ਮੈਂ ਆਪਣੀ ਮਿੱਟੀ ਆਪਣੇ ਪਿੰਡ ਆਪਣੀ ਜੂ ਜੜੀ ਹੈ ਉਹ ਚੋਂ ਕੇ ਕਈਆਂ ਥਾਵਾਂ ਤੇ ਪੰਜਾਬ ਦਾ ਸਰਨਾਵਾ ਬਣਦੀ ਰਹੀ ਹੈ ਤੇ ਮੈਂ ਚੱਜ ਦੁਆਬੇ ਜਿਹੜੇ ਦੋ ਦਰਿਆਵਾਂ ਦੇ ਵਿਚਕਾਰ ਲਈ ਧਰਤੀ ਹੈ ਇੱਥੇ ਜਿਹੜੇ ਅਹਿਮ ਲੋਕ ਨੇ ਉਹਨਾਂ ਦੇ ਬਾਰੇ ਲਿਖਿਆ ਤੇ ਮੇਰੀ ਖਾਹਿਸ਼ ਇਹ ਸੀ ਕਿ ਇਹਦੀ ਇੱਕ ਆਵਾਮੀ ਪذیرਾਈ ਇਹਨੂੰ ਮਿਲੇ ਤੇ ਉਹ ਜਨਾਬ ਪਿਛਲੇ 5-7 ਦਿਨ ਤੂੰ ਕਿਉਂਕਿ ਆ ਅਸਸ ਸਾਹਿਬ ਵੀ ਬੈਠੇ ਨੇ ਜਿੰਨੇ ਵੀ ਇਹਨਾਂ ਦੇ ਦੋਸਤ ਸਹਬਾਬ ਨੇ ਉਹਨਾਂ ਨਿਸਾਰਿਆਂ ਨੇ ਆਪਣੀਆਂ ਅਖਬਾਰਾਂ ਦੇ ਵਿੱਚ ਜਿਹੜੀ ਇਹਦੀ ਰੂ ਨਮਾਈ ਦੇ ਇਸ਼ਤਿਹਾਰ ਆ ਦਿੱਤੇ ਨੇ ਉਹ ਸਾਡੇ ਕਈਆਂ ਪਿੰਡਾਂ ਵਿੱਚ ਕਈ ਮੇਰਾ ਮਤਲਬ ਲੱਖਾਂ ਦੀ ਤਦਾਦ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਉਹ ਬੰਦਿਆਂ ਨੇ ਵੇਖਿਆ ਉਹਨੂੰ ਤੇ ਜਿਹੜੇ ਮੇਰਾ ਮਤਲਬ ਖੈਰ ਖਾ ਨੇ ਉਹਨਾਂ ਤੋਂ ਇਲਾਵਾ ਜਿਹੜੇ ਬਦ ਹਾ ਹਣਨਾ ਉਹਨਾਂ ਵੀ ਮੇਰਾ ਮਤਬ ਸਲਾਮ ਪੇਸ਼ ਕੀਤਾ ਹੈ ਸਰਕਾਰ ਇਹਨਾਂ ਦੋ ਹਸਤੀਆਂ ਦੀ ਵਜ੍ਹਾ ਕਰਕੇ ਤੇ ਮੈਂ ਮੇਰੇ ਕੋ ਅਖਰ ਤੇ ਕੋਈ ਨਹੀਂ ਚਲੋ ਫਿਰ ਕਿਸੇ ਵੇਲੇ ਸਿਰਫ ਆਖਰੀ ਗੁਜ਼ਾਰਿਸ਼ ਇਹ ਕਰਾਂਦਾ ਕਿ ਆਪਣਾ ਪੰਜਾਬੀ ਯੂਨੀਅਨ ਤੇ ਪੰਜਾਬ ਹਾਊਸ ਤੇ ਅਯਾਸ ਘੁੰਮਣ ਸਾਹਿਬ ਦੀ ਅੱਲਾ ਇਹਨਾਂ ਨੂੰ ਸ਼ਿਫਾਇ ਕਾਮਲਾਤਾ ਫਰਮਾਏ ਇਹਨਾਂ ਦੇ ਸਾਰੇ ਜਿਹੜੇ ਸੱਜਣ ਸਾਥੀ ਨੇ ਘਰ ਪਰਿਵਾਰ ਨੇ ਉਹਨਾਂ ਨੂੰ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਮਰਮਤ ਦੇ ਚੋਬ ਨਾ ਚੁਬੇ ਤੇ ਇੱਕ ਮੈਂ ਹਰ ਦਰਸ਼ਕਾਂ ਦਾ ਕਿ ਜਿਹੜਾ ਨਾ ਹਫਤੇ ਮਹੀਨੇ ਵਿੱਚ ਇੱਕ ਪ੍ਰੋਗਰਾਮ ਐ ਸਾਂ ਰੱਖਿਆ ਜਾਏ ਇੱਥੇ ਜਿਹੜਾ ਸਿਰਫ ਇੱਕ ਜ਼ਿਲ੍ਹੇ ਦੇ ਮਤਲਕ ਹੋਵੇ। ਮਤਲਬ ਪੰਜਾਬ ਦੇ ਜ਼ਿਲ੍ਹੇ ਨੇ ਇੱਕ ਪਾਸਿਓਂ ਸ਼ੁਰੂ ਹੋ ਜਾਓ ਉੱਥੇ ਦੇ 5-7 ਲਖਾਰੀ ਜਿਹੜੇ ਨੇ ਵਿੱਚੇ ਨਾਵਲ نگਾਰ ਹੋਣ ਕਹਾਣੀਕਾਰ ਹੋਣ ਸ਼ਾਇਰ ਹੋਣ ਮੁਰਖ ਹੋਣ ਤਜ਼ਕਰਾ نگਾਰ ਹੋਣ ਉਹਨਾਂ ਸਾਰਿਆਂ ਨੂੰ ਇੱਥੇ ਘੁੰਮਣ ਸਾਹਿਬ ਦੇ ਦੁਆਲੇ ਭਾਇਆ ਜਾਏ ਤੇ ਉਹਨਾਂ ਦੀਆਂ ਕਿਤਾਬਾਂ ਦੀ ਪذیਰਾਇ ਕੀਤੀ ਜਾਏ। ਤੇ ਇਹ ਮੇਰਾ ਮਤਲਬ ਇਹਨਾਂ ਦਾ ਇੱਕ ਨਵਾਂ ਟ੍ਰੈਂਡ ਚੱਲੇ ਦਾ ਸਾਨੂੰ ਬੰਦੇ ਆਪਣੇ ਨਾਲ ਰਲਾਣ ਦਾ ਮੈਂ ਬਹੁਤ ਜਨਾਬ ਮਤਲਬ ਇਹ ਕਿ ਥੁਰਾਏ ਤਾਂ ਬੜਾ ਮਤਲਬ ਇਹ ਕਿ ਮੈਂ ਸ਼ੁਕਰਗੁਜ਼ਾਰ ਹਾਂ ਭਰਾਵਾਂ ਦਾ ਜਿਹੜੇ ਏਡੀ ਏਡੀ ਦੂਰੋਂ تشਰੀਫ ਲੈ ਆਏ ਤੇ ਇਹ ਤੱਕ ਮੇਰਾ ਮਤਲਬ ਇੰਨਾ ਵਕਤ ਗੁਜ਼ਰੀਆ ਬੈਠੇ ਨੇ ਤੇ ਬੜੀ ਮਿਹਰਬਾਨੀ ਅੱਲਾਹ ਖੁਸ਼ ਰੱਖੇ ਜੀ ਬਹੁਤ ਸ਼ੁਕਰੀਆ कल भी सर तुम चूंकि आप व्डे आदमी हो तुम्हे काम कर रहे हो अल्लाह तला थोड़ा सेहत जिंदगी दे मैं समझना थोड़ा जहा दो ज्याीबी तहरीक हरावल दस्ते का किरदार अदा कर रहे हैं मौजूदगी ना सिर्फ बादश बरकत है बल्कि साढ़े आस्ते बाश इज्जत भी है तो अल्लाह तला थोड़ा खुश रखे इन साल शामा दिहाड़ियाँ दोपहर मनाते रहोंगे और सब जारी उसारी रहेगा साड़ी हमेशा खाश हूँ ਦੋਸਤਾਂ ਨੂੰ ਇਕੱਠਿਆਂ ਕਰੀਏ ਉਹਨਾਂ ਦੀਆਂ ਗੱਲਾਂ ਸੁਣੀਏ ਉਹਨਾਂ ਨਾਲ ਗੱਪਸਪ ਕਰੀਏ ਉਹ ਸਭ ਤੋਂ ਵੱਡੀ ਗੱਲ ਇਹ ਕਿ ਮੈਂ ਮਿਲ ਬੈਣ ਦਾ ਬਹਾਨਾ ਬਣਿਆ ਤੇ ਬਹੁਤ ਸ਼ੁਕਰੀਆ ਤੁਹਾਡਾ ਤੁਹਾਡੀ ਅੱਜ ਦੀ ਆਮਦ ਦਾ ਮੈਂ ਜਨਾਬ ਬੜੇ ਇhtਰਾਮ ਨਾਲ ਗੁਜ਼ਾਰਸ਼ ਕਰਾਂਗਾ ਕਾਇਤ ਪੰਜਾਬੀ ਤਾਰੀਖ ਜਨਾਬ ਅਲੀਆਸ ਕੁਮਰ ਸਾਹਿਬ ਨੂੰ ਤਸ਼ਰੀਫ ਲੈਣ ਤੇ ਆਪਣੇ ਸਦਾਰਤ ਤੇ ਖੁਤਬੇ ਤੋਂ ਨਿਵਾਜ਼ਨ ਜਨਾਬ ਅਲੀਆਸ ਕੁਮਰ ਸਾਹਿਬ ਬਿਸਮਿਲ੍ਲਾ ਜੀ ਹਮੇਸ਼ਾ ਇੱਕ ਗੱਲ ਮੈਂ ਕਰਨਾ ਕਿ ਅਸੀਂ ਲਖਾਰੀ ਸ਼ਾਇਰ ਅਦੀਬ ਗੱਲਾਂ ਕਰਨੇ ਆ ਤੇ ਬਟ ਸਾਹਿਬ ਅਮਲੀ ਤੌਰ ਤੇ ਕਰਕੇ ਵਹਾ ਦਿੰਦੇ ਇਹ ਸਿਫਤੇ ਇਸ عظیم ਇਨਸਾਨ ਦੀ ਔਰ ਜ਼ਾਹ ਸਾਹਿਬ ਤੇ ਮੈਂ ਇਸ ਗੱਲ ਦੇ ਗਵਾਹ ਹਾਂ ਕਿ ਜਿਵੇਂ ਬੁੱਤਖਾਨੇ ਵਿੱਚ ਜਾ ਕੇ ਅਜ਼ਾਨ ਦੇਣ ਵਾਲੀ ਗੱਲ ਹੈ ਨਾ ਸਾਈਵਾਲ ਦੀ ਜਿਹੜੀ ਕਾਨਫਰੰਸ ਸੀ ਉਹ ਹੜੱਪਾ ਕਾਨਫਰੰਸ ਦੀ ਵਿਜੇ ਉਰਦੂ ਕਾਨਫਰੰਸ ਬਣ ਚੁੱਕੀ ਸੀ ਔਰ ਬੱਟ ਬੋਲੇ ਤੇ ਅੱਲਾ ਦੀਆਂ ਮਿਹਰਬਾਨੀਆਂ ਹੀ ਉੱਥੇ ਹੋ ਗਈ ਜਿਹੜੇ ਉਰਦੂ ਦੇ ਪ੍ਰੋਫੈਸਰ ਵੀ ਸਨ ਉਹਨਾਂ ਵੀ ਪੰਜਾਬੀ ਤਕਰੀਰਾਂ ਹੀ ਸ਼ੁਰੂ ਕਰ ਦਿੱਤੀਆਂ ਇਹ ਹੁੰਦਾ ਕਿ ਇੱਕ ਹਰ ਇਨਸਾਨ ਦੀ ਨਾ ਇੱਕ ਉਹਦੀ ਪਰਸਨੈਲਿਟੀ ਦਾ ਫਰਕ ਹੁੰਦਾ ਹੈ ਇੱਕ ਕਹਿ ਲਓ ਕਿ ਉਹਦੀ ਜਿਹੜੀਆਂ ਸ਼ਵਾਵਾਵਾਂ ਪੋਜ਼ਿਟਿਵ ਵੀ ਤੇ ਨੈਗੇਟਿਵ ਵੀ ਹੁੰਦੀਆਂ ਨੇ ਇਹ ਮਾਸ਼ਾਅੱਲਾ ਐਸੀ ਮੁਸਬਤ ਪੰਜਾਬੀ ਦੀ ਸੋਚ ਲੈ ਕੇ ਚੱਲਦੇ ਨੇ ਕਿ ਆਪਣੇ ਆਪ ਹੀ ਹਾਲਾਤ ਅੱਲਾਹ ਦੀ ਮਿਹਰਬਾਨੀ ਨਾਲ ਕਰਦਾ ਤੇ ਉਹ ਵੈਰ ਕਾਦਰ ਹੋ ਉਹਦੀ ਵਜ੍ਹਾ ਨਾਲ ਬਦਲਦੇ ਨੇ ਤੇ ਮੀਆਂ ਸਾਹਿਬ ਮਾਸ਼ਾਅੱਲਾ ਬੜੇ ਸਾਨੂੰ ਦਿਨਾ ਬਾਦ ਨਜ਼ਰ ਆਏ ਨੇ ਇਹਨਾਂ ਦੇ ਜਾਮੇ ਸਿਹਤ ਮਾਸ਼ਾਅੱਲਾ ਇਹਦੇ ਲਈ ਮੁਬਾਰਕਬਾਦ ਅਸੀਂ ਪੇਸ਼ ਕਰਨੇ ਆ ਤੇ ਸਾਡਾ ਪਿਆਰਾ ਵੀਰ ਸਾਡੇ ਲਈ ਬੜੀ ਹੀ ਖੁਸ਼ੀ ਦੀ ਇਹ ਗੱਲ ਹੈ ਕਿ ਮੀਆਂ ਅਸਦ ਸਾਹਿਬ ਦੁਬਾਰਾ ਮੈਦਾਨ ਵਿੱਚ ਉਸੇ ਤਰ੍ਹਾਂ ਗੱਜਦੇ ਵਜਦੇ ਮੌਜੂਦ ਨੇ ਹੁਣ ਆਪਣੇ ਪਿਆਰੇ ਵੀਰ ਔਰ ਸਾਡਾ ਚੋਂ ਕਿ ਗਵਾਂਡ ਵੀ ਹੈ ਅਸੀਂ ਵਦੀਰੰਬਾਦ ਦੇ ਆਂ ਪਰ ਅ ਗੁਜਰਾਤ ਦੇ ਨੇ ਉਹ ਵੀ ਸਾਡਾ ਕਹਿ ਲਓ ਕਿ ਇੱਕ ਪਿਆਰ ਸਾਂਝ ਦਾ سلسلہ ਹੈ ਤੇ ਇਫਤਿਹਾਰ ਵੜੇ ਚ ਕਲਰ ਵੀ ਦੀ ਜ਼ਬਾਨ ਦੇ ਵਿੱਚ ਪੰਜਾਬੀ ਬੋਲਦਾ ਉਹਦੀ ਕਿਤਾਬ ਦੇ ਵਿੱਚ ਪੰਜਾਬੀ ਬੋਲਦੀ ਏ ਔਰ ਉਹਦੀਆਂ ਸੋਚਾਂ ਇਹਨਾਂ ਦੋਹਾਂ ਦੇ ਲੈ ਕੇ ਤੇ ਅੱਗੇ ਚੱਲਦੀਆਂ ਨੇ ਜਿਹੜੀਆਂ ਕੁਝ ਗੱਲਾਂ ਦੋਸਤਾਂ ਕਰ ਦਿੱਤੀਆਂ ਉਹਨਾਂ ਦੌਰਾਨ ਦੀ ਵਿਜੈ ਮੈਂ ਉਹ ਗੱਲ ਕਰਾਂਗਾ ਜਿਹੜੀ ਨਹੀਂ ਹੋਈ ਕਿ ਇਹਦੇ ਵਿੱਚ ਇੱਕ ਜ਼ਿਕਰ ਐਡਾ ਇੰਪੋਰਟੈਂਟ ਐਡਾ ਹਮੇ ਉਹ ਬੰਦੇ ਦਾ ਥੋੜਾ ਜਾਈ ਮੈਂ ਵੇਰਵਾ ਕਰਾਂਗਾ ਤਾਂ ਤੁਸੀਂ ਸਮਝੋਗੇ ਕਿ ਕਿੰਨੀ ਵੱਡੀ ਇਹਨਾਂ ਖੋਜ ਕੀਤੀ ਏ ਉਹ ਵੇ ਫੇਰੂਮਲ ਪਹਿਲਾਂ ਸਿੱਖਾਂ ਨੂੰ ਵੀ ਨਹੀਂ ਸੀ ਪਤਾ ਉਹ ਸਮਝਦੇ ਹਨ ਸਿਰਫ ਇੱਕ ਹੀ ਪਹਿਲਾ ਗੁਰੂ ਹੀ ਸ਼ਾਇਦ ਨਨਕਾਣੇ ਜਿਹੜਾ ਉਹ ਜੰਮਿਆ ਸੀ ਇਹਨਾਂ ਉਹ ਦੱਸਿਆ ਕਿ ਉਹ ਹਾਂਦਾਨ 20 ਗੁਜਰਾਤ ਤੋਂ ਹੀ ਗਿਆ ਹੈ ਯਾਨੀ ਫਿਰੂਮਲ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦਾ ਵਾਲਦ ਸੀ ਔਰ ਇਹ ਇੱਟ ਦੀ ਵੱਡੀ ਖੋਜ ਏ ਕਿ ਇਹ ਧਰਤੀ ਐ ਸੀ ਇਹ ਸਿਰਫ ਮذਬਦ ਦੇ ਵਾਲੇ ਨਾਲ ਨਹੀਂ ਪੰਜਾਬੀ ਦੇ ਵਾਲੇ ਨਾਲ ਵੀ ਹੈ ਤੇ ਕਿਉਂਕਿ ਮਸਜਦ ਦਾ ਇੱਕ ਬੜਾ ਵੱਡਾ ਵੀ ਹਵਾਲਾ ਹੁੰਦਾ ਉਹਨਾਂ ਲਈ ਬੜੀ ਗੱਲ ਹੋएगी ਸਿੱਖਾਂ ਵਾਸਤੇ ਕਿ ਉਹਨਾਂ ਦਾ ਦੂਜਾ ਗੁਰੂ ਜਿਹੜੇ ਸਨ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਵਾਲਦ ਫਿਰ ਅੱਗੂ ਯਾਨੀ ਮੁੱਦ ਤਾਂ ਤੋਂ ਇੱਥੇ ਦੇ ਹੀ ਰਹਿਣ ਵਾਲੇ ਸਨ ਤੇ ਉਹ ਇਤਜ਼ਾਦ हसन ਸਾਹਿਬ ਦਾ ਜਿਹੜਾ ਪਿੰਡ ਹੈ ਨਾ ਉੱਥੇ ਦੇ ਸਨ ਮੰਗੋਵਾਲ ਤੇ ਇੱਥੇ 13 ਬਸਤੀਆਂ ਸਨ ਉਹਨਾਂ ਤਰੇਹਨ ਖਤਰੀਆਂ ਦੀਆਂ ਤੇ ਸਾਡੇ ਲਈ ਯਾਨੀ ਪੰਜਾਬੀ ਮੂਵਮੈਂਟ ਲਈ ਕੀ ਅਸਲ ਗੱਲ ਏ ਕਿ ਉਹਨਾਂ ਪੰਜਾਬੀ ਦਾ ਜਿਹੜਾ ਪਹਿਲਾ ਸੀ ਨਾ ਤਹਿਰੀਰ ਕਰਨ ਦਾ ਇੱਕ ਨਿਜ਼ਾਮ ਲੰਡਾ ਜਿਹੜਾ ਕੋ ਮੁਖੀ ਤੋਂ ਵੀ ਪਹਿਲਾ ਸੀ ਉਹਦੇ ਬੜੇ ਹੀ ਵੱਡੇ ਉਹ ਮਾਸਟਰ ਕੈ ਲੋਕ ਪੂਰੇ ਇੰਡੀਆ ਦੇ ਵੇਸਣ ਕਿਉਂਕਿ ਮੈਂ ਇਸ ਮوضوع ਤੇ ਇਸ ਤੋਂ ਪਹਿਲਾਂ ਕਾਫੀ ਖੋਜ ਕੀਤੀ ਸੀ ਉਥੇ ਐਏ ਵੀ ਐਏ ਵੀ ਉਹਨਾਂ ਦਾ ਮਦਰਸਾ ਜਿਹਨੂੰ ਕਹਿ ਲੋ ਜਿਨਾਂ ਨੂੰ ਪਾਠਸ਼ਾਲਾ ਕਹਿ ਲੋ ਉਹ ਵੀ ਇਸ ਪਿੰਡ ਮੰਗਵਾਲ ਤੋਂ ਕਿ ਕਿਲੋਮੀਟਰ ਪਿੱਛੇ ਪਹਿਲੀਆਂ ਦੇ ਵਿੱਚ ਮੌਜੂਦ ਹੈ ਜਿੱਥੇ ਪੰਜਾਬੀ ਦੀ ਬੁਨਿਆਦ ਰੱਖੀ ਗਈ ਵਾਹ ਜੀ ਵਾਹ ਹੋਰ ਹਜ਼ਾਰਾਂ ਸਾਲ ਤੋਂ ਆਮ ਕੋ ਉਰਦੂ ਵਾਲਾ ਲੇਹੇਗਾ ਨਾ ਤੋ ਕਹਿਗਾ ਜੀ 150 ਸਾਲ ਪੁਰਾਣਾ ਉਹਦੀ ਤੁਸੀਂ 80 ਵੇਖ ਲਓ ਬਾਜੀ ਉਹ ਨਾਨਕਸ਼ਹੀ ਇੱਟ ਜਿਹੜੀ ਕੋ 500 ਸਾਲ ਦੀ ਤੋ 80 ਪੁਰਾਣੀ ਹੈ ਇਸhetraiyo ਪੰਜਾਬੀ ਜ਼ੁਬਾਨ ਦੀ ਉਹ ਕਹਿ ਲੋ ਕਿ ਇੱਕ ਤਰੀਖ ਨੂੰ ਕਿੰਨਾ ਪਿੱਛੇ ਲੈ ਜਾਂਦੀ ਏ ਤੇ ਦੂਜੀ ਗੱਲ ਜਿਹੜੀ ਮੈਨੂੰ ਦੱਸਣਾ ਚਾਹਣਾ ਉਹ ਇਹ ਵੇ ਜਿਹੜੀ ਰਾਹ ਵਿੱਚ ਉਹਦਣ ਦਾਇਆ ਸਾਹਿਬ ਮੈਂ ਤੁਹਾਨੂੰ ਦੱਸੀ ਸੀ ਕਿ ਜਦੋਂ ਗੁਰੂ ਛੇਪ ਮੁਨਤਕਿਲ ਕਰਨ ਦਾ ਵਕਤ ਆਇਆ ਨਾ ਯਾਨੀ ਗੁਰੂ ਨਾਨਕ ਸਾਹਿਬ ਹੈ ਜਿਹੜਾ ਕਰਤਾਰਪੁਰ ਸਾਹਿਬ ਹੈ ਆਖਰੀ 18 ਸਾਲ ਸਨ ਉਹਨਾਂ ਦੀ ਜ਼ਿੰਦਗੀ ਦੇ ਤੇ ਉਹਨਾਂ ਸਮਝ ਲਿਆ ਕਿ ਹੁਣ ਦਿਨ ਪੂਰੇ ਹੋਣ ਆਲੇ ਨੇ ਤੇ ਉਹਨਾਂ ਮੁਕਾਬਲਾ ਕਰਾਇਆ ਆਪਣੇ ਸਾਰੇ ਮਰੀਦਾਂ ਦਾ ਜਾਂ ਜਿੰਨੇ ਵੀ ਯਾਨੀ ਉਮੀਦਵਾਰ ਬਣਦੇ ਸਨ ਖੁਦ ਉਹਨਾਂ ਦੇ ਦੋਵੇਂ ਬੱਚੇ ਵੀ ਉਮੀਦਵਾਰ ਸਨ ਯਾਨੀ ਜਿੰਨੂੰ ਹਜ਼ਾਰਾਂ ਲੋਕਾਂ ਵਿੱਚ ਮੁਕਾਬਲਾ ਹੋਇਆ ਤੇ 100 ਰਹਿ ਗਏ ਉਹਦੇ ਵਿੱਚ ਦੋ ਪੁੱਤਰ ਵੀ ਸਨ ਤੇ ਮੁਕਾਬਲਾ ਹੁੰਦਾ ਹੁੰਦਾ ਜਦੋਂ 10 ਤੇ ਆਇਆ ਤੇ ਇੱਕ ਮੁੰਡਾ ਵੀ ਬਾਹਰ ਨਿਕਲ ਗਿਆ ਇੱਕ ਪੁੱਤਰ ਸ੍ਰੀ ਚੰਦ ਰਹਿ ਗਿਆ ਉਹ ਮੁਕਾਬਲਾ ਕਰਦਾ ਸੀ ਪਿਆ ਉਹਨਾਂ ਦੇ ਦੂਜੇ ਜਿਹੜੇ ਮਰੀਦীন ਸਨ ਉਹਨਾਂ ਦੇ ਨਾਲ ਤੇ ਹੀਰ ਤੇ ਹੋਇਆ ਕੀ ਫੈਸਲਾ ਔਰ ਹੋਇਆ ਕਿਸ ਵਜ੍ਹਾ ਨਾਲ ਇੱਕ ਤੇ ਉਹਦੀ ਕਮਿਟਮੈਂਟ ਗੁਰੂ ਦੇ ਨਾਲ ਆਪਣੇ ਮذਬਬ ਨਾਲ ਉਹਦਾ ਤਲਕ ਦੂਜਾ ਗੁਰੂ ਨੂੰ ਪਤਾ ਸੀ ਕਿ ਮੈਂ ਪੂਰੀ ਦੁਨੀਆ ਦੀ ਸੈਰ ਕੀਤੀ ਤਾਂ ਉਹਨਾਂ ਦੀ ਕੱਛ ਵਿੱਚ ਨਾ ਇੱਕ ਪੋਥੀ ਹੁੰਦੀ ਸੀ ਜਿਹਦੇ ਵਿੱਚ ਪੂਰਾ ਜ਼ਿਕਰ ਹੁੰਦਾ ਵੀ ਫਲਾਣ ਵਾਕਿਆ ਹੋਇਆ ਜਿਵੇਂ ਸਾਡੀਆਂ ਹਦੀਸਾਂ ਨੇ ਉਹਨਾਂ ਦੀਆਂ ਜਨਮ ਸਾਖੀਆਂ ਨੇ ਉਹ ਇਕੱਠਾ ਕਰਦੇ ਰਹੇ ਕਰਦੇ ਰਹੇ ਆਪਣਾ ਵੀ ਜਿਹੜਾ ਕਲਾਮ ਹੁੰਦਾ ਸੀ ਉਹ ਤਾਂ ਉਹਨਾਂ ਨੂੰ ਪਤਾ ਸੀ ਇਹਦਾ ਵਾਰਿਸ ਕਿੰਨੇ ਬਣਨਾ ਜਿੰਨੂੰ ਇਹ ਲਿਖਣੀ ਆਉਂਦੀ ਹੋਵੇ ਪੰਜਾਬੀ ਪੜ੍ਹਨੀ ਤੇ ਲਿਖਣੀ ਇੰਨੀ ਜ਼ਰੂਰੀ ਹੈ ਗੁਰੂ ਸਾਹਿਬ ਨੂੰ ਇਹ ਪਤਾ ਸੀ ਤੇ ਜਦੋਂ ਫਿਰ ਆਖਰੀ ਮੁਕਾਬਲਾ ਹੋਇਆ ਨਾ ਯਾਨੀ ਦਸਾਂ ਵਿੱਚ ਵੀ ਚਾਰ ਪੰਜ ਰਹਿ ਗਏ ਤੇ ਇਹ ਜਿਹੜੇ ਪਲੱਸ ਨੰਬਰ ਮਿਲੇ ਨਾ ਗੁਰੂ ਜਿਨ੍ਹਾਂ ਦਾ ਅਸਲ ਨਾਂ ਸੀ ਭਾਈ ਲੈਣਾ ਔਰ ਉਹਦੀ ਵਜ੍ਹਾ ਅੰਗਦ ਦਾ ਹੁੰਦਾ ਕਿ ਪਾਰਟ ਆਫ ਬਾਡੀ ਯਾਨੀ ਉਹਨੂੰ ਇਸ ਲਈ ਨਾਂ ਉਹਨਾਂ ਦਾ ਬਦਲ ਕੇ ਉਹਨਾਂ ਕਿਹਾ ਕਿ ਇਹ ਬੰਦਾ ਮੇਰਾ ਅਸਲ ਕਲਾਮ ਅਗਰ ਪਛਾਹੇਗਾ ਤਾਂ ਇਹ ਬੰਦਾ ਪਛਾਹੇਗਾ ਕਿ ਨੂੰ ਇਹਨੂੰ ਲਿਖਣੀ ਪੜਨੀ ਆਉਂਦੀ ਏ ਔਰ ਉਹਨਾਂ ਪਹਿਲਾ ਪੰਜਾਬੀ ਸਕੂਲ ਵੀ ਫਿਰ ਬਣਾਇਆ ਔਰ ਇਸੇ ਤਰ੍ਹਾਂ ਇਹ ਰਵਾਇਤ ਫਿਰ ਅੱਗੇ ਚੱਲੀ ਦੂਸਰੇ ਗੁਰੂ ਸਾਹਿਬਾਨ ਨੇ ਵੀ ਇਹ ਅਮਲ ਕੀਤਾ ਇਹ ਇੱਕ ਪਹਿਲੂ ਕਿ ਇਹਦੇ ਵਿੱਚ ਪ੍ਰਿੰਟਿੰਗ ਦੀ ਸ਼ਕਲ ਵਿੱਚ ਜ਼ਬਾਨੀ ਤਾਂ ਚਲੋ ਮੈਂ ਦੱਸ ਰਿਹਾ ਤਾਂ ਕਈ ਗੁਰਦੁਆਰਿਆਂ ਵਿੱਚ ਸਿੱਖਾਂ ਨੂੰ ਦੱਸਿਆ ਬਹੁਤ ਜ਼ਿਆਦਾ ਕਿ ਭਾਈ ਤੁਹਾਨੂੰ ਦੂਸਰੇ ਗੁਰੂ ਦਾ ਵੀ ਹਿਸਾਬ ਲਾ ਲਓ ਉਹ ਵੀ ਪਾਕਿਸਤਾਨ ਦੇ ਜੇ ਤੇ ਇਹਨਾਂ ਉਹਨੂੰ ਛਾਪ ਕੇ ਔਰ ਇੱਕ ਡਾਕੂਮੈਂਟਰੀ ਪ੍ਰੂਫ ਦੇ ਦਿੱਤਾ ਦੂਜੀ ਇੱਕ ਬੜੀ ਹੀ ਵਧੀਆ ਸ਼ਖਸੀਅਤ ਹੈ ਉਹ ਵੇ ਜਿਹਨੂੰ ਅਸੀਂ ਆਮ ਤੌਰ ਤੇ ਮਜ਼ਾਕ ਦੇ ਤੌਰ ਤੇ ਲੈ ਲੈਂਦੇ ਹਾਂ ਉਹ ਵੇ ਉਸਤਾਦ ਮਾਮਦੀਨ ਯਾਨੀ ਹਰ ਮਾੜੀ ਗੱਲ ਜਿੱਦਾ ਉਹਦੇ ਨਾਲ ਕੋਈ ਦੂਰ ਦਾ ਵੀ ਤਲਕ ਨਹੀਂ ਜਾਣ ਬੁੱਝ ਕੇ ਪੰਜਾਬੀ ਨੂੰ ਡੀਗ੍ਰੇਡ ਕਰਨ ਲਈ ਕਿਉਂਕਿ ਉਹਥੇ ਉਰਦੂ ਮਾਫੀਆ ਸੀ ਪੂਰਾ ਉਹਦੀਆਂ ਉਹ ਨਜ਼ਮਾਂ ਨਜ਼ਰ ਅੰਦਾਜ਼ ਕਰ ਦਿੱਤੀਆਂ ਗਈਆਂ ਯਾਨੀ ਜਦੋਂ ਉਹ ਨੂੰ ਸੀ ਨਾ ਕਾਲ ਦਾ ਦੌਰ ਸੀ ਤੇ ਹਉਦ ਚੋਂ ਕੇ ਸਰਕਾਰੀ ਮੁਲਾਜ਼ਮ ਸੀ ਗੁਜਰਾਤ ਦੇ ਚੁੰਗੀ ਦਾ ਮੁਲਾਜ਼ਮ ਸੀ ਕਲਰਕ ਸੀ ਉਹ ਮੁੰਸ਼ੀ ਸੀ ਉਹ ਲਿਖ ਨਹੀਂ ਸੀ ਸਕਦਾ ਲੇਕਿਨ ਉਹ ਆਸਿਆ-ਆਸੇ ਵੀ ਤੰਜ਼ ਕਰ ਜਾਂਦਾ ਸੀ ਸਿੱਕਾ ਨੂੰ ਹੁਣ ਸ਼ਹਿਰ ਦੇ ਵਿੱਚ ਭੁੱਖ ਪਈ ਏ ਕਿਸੇ ਕੋਲ ਖਾਣ ਪੀਣ ਲਈ ਨਾ ਸਬਜ਼ੀ ਏ ਨਾ ਰੋਟੀ ਏ ਤੇ ਮਾਮਦੀਨ ਕੀ ਲੇ ਲੇ ਰਿਹਾ ਕੋਠੇ ਤੇਰੀ ਮਾਂ ਨੇ ਪਕਾਏ ਨੇ ਮਟਰ ਮਾਮਦੀਨਾ ਕੋਠੇ ਤੇ ਛੜ ਕੇ ਅਕੜ ਮਾਮਦੀਨਾ ਯਾਨੀ ਉਹਨੇ ਇਹਨੂੰ ਵੀ ਇੱਕ ਤੰਦ ਕੀਤਾ ਉਸ ਡਿਪਟੀ ਕਮਿਸ਼ਨਰ ਨੂੰ ਕਿ ਦੇਖ ਹਾਲ ਇਹ ਹੋ ਗਿਆ ਕਿ ਲੋਕ ਜਿਹਨੂੰ ਖਾਣਾ ਇੱਕ ਟਾਈਮ ਦਾ ਮਿਲ ਜਾਂਦਾ ਨਾ ਉਹ ਵੀ ਜਾਂਦਾ ਯਾਰ ਅੱਜ ਮੈਂ ਤਾਂ ਰਜੇ ਆ ਜੇ ਪੂਰਾ ਉਹਦਾ ਜ਼ਿਕਰ ਹੋਇਆ ਇਸ ਕਿਤਾਬ ਦੇ ਵਿੱਚ ਔਰ ਇਖਤਰਾਮ ਨਾਲ ਹੋਇਆ ਕਿਉਂਕਿ ਚੋਂਕੇ ਉਹ ਮਾਸ਼ਰਾ ਇੱਕ ਐਸਾ ਸੀ ਜਿੱਦੇ ਵਿੱਚ ਉਰਦੂ ਜਿਹੜੀ ਨਾਫਜ਼ ਹੋ ਰਹੀ ਸੀ ਤੇ ਹਰ ਕਰਦਾਰ ਨੂੰ ਜ਼ਲੀਲ ਕੀਤਾ ਜਾਂਦਾ ਸੀ ਉਹ ਕਦੇ ਮੈਂ ਉਹਦੇ ਬਾਰੇ ਮੈਨੂੰ ਟਾਈਮ ਮਿਲਿਆ ਨਾ ਤਾਂ ਮੈਂ ਲਿਖਣਾ ਉਹਦਾ ਲੰਮਾ ਚੌੜਾ ਉਹਦੇ ਬਾਰੇ ਹੋ ਸਕਦਾ ਕਿਤਾਬ ਵੀ ਬਣ ਜਾਏ ਕਿਉਂਕਿ ਉਹਦਾ ਸਾਰੇ ਡਾਕੂਮੈਂਟਸ ਮੈਂ ਇਕੱਠੇ ਕੀਤੇ ਨੇ ਤੇ ਇਸੇ ਤਰ੍ਹਾਂ ਹੀ ਬੇਸ਼ਮਾਰ ਹੋਰ ਸਾਡੇ ਕਰਦਾਰ ਨੇ ਜਿਹੜੇ ਸਾਡੇ ਹੀਰੋ ਵੀ ਨੇ ਜਿਹੜੇ ਸਾਡੇ ਮਜ਼ਬੀ ਕਰਦਾਰ ਵੀ ਨੇ ਜਿਹੜੇ ਸਾਡੇ ਕਿਉਂਕਿ ਚੇਲੀਆਂ ਵਾਲਾ ਮੈਦਾਨ ਵੀ ਉੱਥਈਏ ਇਹਤੇ ਪੰਜਾਬੀਆਂ ਆਪਣੀ ਅਣਖ ਵਾਰ ਦਿੱਤੀ ਵਾਰ ਦਿੱਤੀ ਇਹਨਾਂ ਦਾ ਆਪਣਾ ਪਿੰਡ ਵੀ ਉਹਦੇ ਵਿੱਚ ਸ਼ਾਮਲ ਹੈ ਕਲਰਾ ਤੇ ਮੈਂ ਸੁਣੀ ਨਾ ਕਿ ਇਸ ਨੌਜਵਾਨ ਨੇ ਇਸ ਪੰਜਾਬੀ ਸੂਜਮਾਨ ਨੇ ਪੰਜਾਬੀ ਹੋਣ ਦਾ ਹੱਕ ਅਦਾ ਕਰ ਦਿੱਤਾ ਹੈ ਕਿਤਾਬ ਲਿਖ ਕੇ ਔਰ ਵੱਡ ਸਾਹਿਬ ਨੇ ਔਰ ਸਾਰੇ ਦੋਸਤਾਂ ਆਏ ਤਕਰੀਬ ਕਰਾ ਕੇ ਇਹਨਾਂ ਨੂੰ ਜਿਹੜੀ ਸਾਂਝੀ ਸਲਾਮੀ ਪੇਸ਼ ਕੀਤੀ ਹੈ ਅਸੀਂ ਰਲ ਕੇ ਇਹਨਾਂ ਨੂੰ ਇੱਕ ਵਾਰੀ ਫੇਰ ਸਲਾਮ ਪੇਸ਼ ਕਰਨੇ ਆ ਬਹੁਤ ਬਹੁਤ ਸ਼ੁਕਰੀਆ ਬਦ ਦਿੰਦੇ ਹਾਂ ਬਹੁਤ ਸ਼ੁਕਰੀਆ ਮੈਂ ਸਮਝਨੇ ਜੀ ਅੱਜ ਦਾ ਇਸ ਪਾਸ ਅੱਜ ਦੀ ਇਹ ਤਕਰੀਬ ਜਿਹੜੀ جناب ਇਫਤਿਹਾਰ ਬਰਤ ਕਾਲਰ ਸਾਹਿਬ ਦੀ ਕਿਤਾਬ ਦੇ ਸਿਸਮਨ ਕਰੀ ਉਹਦੇ ਜਿੰਨੇ ਦੋਸਤਾਂ ਹਲ ਕੀਤੀ ਜਿੰਨੇ ਦੋਸਤਾਂ ਸ਼ੀਫ ਲੈ ਆਏ ਔਰ ਜਿਨ੍ਹਾਂ ਨੇ ਗੁਫਤਗੋਈ ਕੀਤੀ ਬਹੁਤ ਹੀ ਮੁਬਾਰਕਬਾਦ ਮੁਸਤਕਨ ਅਸੀਂ ਇਹਨਾਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਨੇ ਆ ਕੋ ਤਸੀਫ ਲੈ ਆਏ ਤਾਂ ਸਾਡਾ ਮਾਨ ਵਧਾਇਆ ਇਸ ਕਿਤਾਬ ਦੀ ਤਕਰੀਬ ਨਾਲ ਇਫਤਿਹਾਰ ਕਾਲਰ ਵੀ ਦੀ ਇਥੇ ਆਮਦ ਨਾਲ ਪੰਜਾਬ ਬੌਸ ਦਾ ਵਕਾਰ ਵਧਿਆ ਔਰ ਇਨਸ਼ਾਅੱਲਾ ਇਹ ਤਕਰੀਬ ਬੇਫੂਜੀਆਂ ਹੁੰਦੀਆਂ ਰਹਿਣਗੀਆਂ ਔਰ ਫਿਰ ਅਸੀਂ ਇਹ ਫੂਜਾ ਲੋਕਾਂ ਨੂੰ ਬੁਲਾਉਂਦੇ ਤੇ ਕਟ ਕਰਦੇ ਰਹਿਣਾ